ਹੈਲੋ ਸਟੂਡੈਂਟਸ, ਵੈਲਕਮ ਟੂ ਟੀ ਵੀ ਸਕੂਲ। ਆਪਾਂ ਕਰ ਰਹੇ ਹਾਂ ਪਲੱਸ ਟੂ ਦੀ ਫਿਜ਼ਿਕਸ, ਉਹਦੇ ਅੰਡਰ ਯੂਨਿਟ ਨੰਬਰ 4, ਉਹਦਾ ਚੈਪਟਰ ਨੰਬਰ 2, ਦੈਟ ਇਜ਼ ਅਲਟਰਨੇਟਿੰਗ ਕਰੰਟ ਐਂਡ ਇਲੈਕਟ੍ਰੀਕਲ ਮਕੈਨਿਕਸ। ਕੱਲ੍ਹ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਆਰਟੀਕਲ ਕੀਤਾ ਸੀਗਾ ਜਿਹੜਾ ਏ ਸੀ ਸਰਕਿਟ ਕੰਟੇਨਿੰਗ ਓਨਲੀ ਐਨ ਆਰ ਸੀ ਸਰਕਿਟ, ਠੀਕ ਹੈ, ਜਿਹਦੇ ਵਿੱਚ ਆਪਾਂ ਇਹ ਦੇਖਿਆ ਸੀਗਾ ਕਿ ਆਰ ਅਤੇ ਸੀ ਦੇ ਨਾਲ, ਮਤਲਬ ਜਦੋਂ ਆਪਾਂ ਦੋਨੋਂ ਸੀਰੀਜ਼ ਦੇ ਵਿੱਚ ਲੈਂਦੇ ਹਾਂ ਤਾਂ ਉਹਦੇ ਆਪਣੇ ਕੋਲ ਫੇਸਰ ਡਾਇਗ੍ਰਾਮ ਕਿੱਦਾਂ ਬਿਹੇਵ ਮਤਲਬ ਆਉਂਦਾ ਆ, ਠੀਕ ਹੈ, ਔਰ ਆਈ ਅਤੇ ਜਿਹੜੇ ਈ ਐੱਮ ਐੱਫ ਉਹ ਕਿਵੇਂ ਬਿਹੇਵ ਕਰਦੇ ਆ, ਠੀਕ ਹੈ। ਤਾਂ ਅੱਜ ਆਪਾਂ ਕਰਾਂਗੇ ਉਸ ਆਰ ਸੀ ਸਰਕਿਟ ਨਾਲ ਰਿਲੇਟਡ ਕੁਛ ਨੁਮੈਰੀਕਲ ਕਰਾਂਗੇ, ਠੀਕ। ਤੋ ਪਹਿਲਾ ਨੁਮੈਰੀਕਲ ਇਹ ਹੈ, ਪੜ੍ਹਦੇ ਹਾਂ। ਅ ਸੀਰੀਜ਼ ਸਰਕਿਟ ਕੰਟੇਨਸ ਅ ਰਜਿਸਟਰ ਆਫ 20 ohm ਐਂਡ ਅ ਕਪੈਸਿਟਰ ਐਂਡ ਐਨ ਐਮ ਮੀਟਰ ਆਫ ਨੈਗਲੀਜੀਬਲ ਰਜਿਸਟਰ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਪਤਾ ਕਿੱਦਾਂ ਲੱਗਿਆ, ਮੰਨ ਲਓ ਤੁਹਾਨੂੰ ਪੇਪਰ ਦੇ ਵਿੱਚ ਇਹ ਨੁਮੈਰੀਕਲ ਆ ਜਾਵੇ, ਔਰ ਤੁਸੀਂ ਕਿਵੇਂ ਫਾਇੰਡ ਕਰੋਗੇ ਕਿ ਇੱਥੇ ਕਿਹੜੇ ਵਾਲੇ ਫਾਰਮੂਲੇਸ ਲੱਗਣੇ ਆ, ਔਰ ਆਰ ਸੀ ਨਾਲ ਰਿਲੇਟਡ ਆ ਕਿ ਆਰ ਐਲ ਨਾਲ ਰਿਲੇਟਡ ਆ ਕਿ ਸਿੰਪਲ ਕਪੈਸਿਟਰ ਔਰ ਰਜਿਸਟਰ ਨਾਲ ਰਿਲੇਟਡ, ਕਿੱਦਾਂ ਮਤਲਬ ਤੁਸੀਂ ਫਾਇੰਡ ਆਊਟ ਕਰੋਗੇ। ਜੇ ਤੁਸੀਂ ਧਿਆਨ ਨਾਲ ਨੁਮੈਰੀਕਲ ਨੂੰ ਰੀਡ ਕਰੋ ਕੀ ਲਿਖਿਆ ਹੋਇਆ, ਅ ਸੀਰੀਜ਼ ਸਰਕਿਟ, ਮਤਲਬ ਸੀਰੀਜ਼ ਆ ਸਰਕਿਟ, ਸੀਰੀਜ਼ ਵਿੱਚ ਲੱਗਾ ਹੋਇਆ, ਕੌਣ ਕੌਣ ਸੀਰੀਜ਼ ਵਿੱਚ ਲੱਗਾ ਹੋਇਆ, ਕੰਟੇਨਸ ਆ ਰਜਿਸਟਰ 20 ohm ਐਂਡ ਅ ਕਪੈਸਿਟਰ, ਮਤਲਬ ਕਿ ਇੱਕ ਸੀਰੀਜ਼ ਸਰਕਿਟ ਆ ਜਿਹੜਾ ਕੀ ਕੰਟੇਨ ਕਰ ਰਿਹਾ, ਇੱਕ ਰਜਿਸਟਰ ਕਿੰਨੇ ohm ਦਾ, 20 ohm ਦਾ, ਐਂਡ ਆ ਕਪੈਸਿਟਰ, ਠੀਕ ਹੈ ਨਾ। ਤਾਂ ਇੱਥੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਵਾ ਸੀਰੀਜ਼ ਦੇ ਵਿੱਚ ਲੱਗੇ ਹੋਏ ਰਜਿਸਟਰ ਐਂਡ ਕਪੈਸਿਟਰ, ਸੋ ਇਟ ਮੀਨਸ ਇਹ ਕਿਹੜਾ ਸਰਕਿਟ ਹੋਇਆ, ਆਰ ਸੀ ਸਰਕਿਟ, ਕਲੀਅਰ। ਸੋ ਇਟ ਇਜ਼, ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਐਂਡ ਜਿਹੜਾ ਐਮ ਮੀਟਰ ਆ ਆਫ ਨੈਗਲੀਜੀਬਲ ਰਜਿਸਟੈਂਸ ਆ, ਸੋ ਇਟ ਇਜ਼ ਕੁਨੈਕਟਡ ਟੂ ਅ ਸੋਰਸ ਆਫ 220 volt ਐਂਡ 50 hertz। ਤੋ ਫਿਰ ਜਿਹੜਾ ਐਮ ਮੀਟਰ ਆ ਉਹਨੂੰ ਆਪਾਂ ਕਨੈਕਟ ਕੀਤਾ ਹੋਇਆ ਆ, ਕਾਹਦੇ ਨਾਲ ਕਨੈਕਟ ਕੀਤਾ ਹੋਇਆ, ਇੱਕ ਸੋਰਸ ਦੇ ਨਾਲ, ਮਤਲਬ ਈ ਐੱਮ ਐੱਫ ਦਿੱਤੀ ਹੋਈ ਹੈ ਵੈਲਿਊ 220 volt ਐਂਡ 50 hertz ਦਿੱਤੀ ਹੋਈ ਹੈ ਫ੍ਰੀਕੁਐਂਸੀ। ਉਹ ਕਹਿੰਦੇ ਇਫ ਜਿਹੜੀ ਰੀਡਿੰਗ ਆ ਐਮ ਮੀਟਰ ਦੀ ਉਹ ਆ ਰਹੀ ਹੈ 2.5 ampere, ਵੀ ਜਿਹੜੀ ਐਮ ਮੀਟਰ ਆ ਉਹਦੀ ਰੀਡਿੰਗ ਕਿੰਨੀ ਸ਼ੋ ਕਰ ਰਿਹਾ ਉਹ 2.5 ampere, ਸੋ ਕੈਲਕੂਲੇਟ ਦਾ ਰਿਐਕਟੈਂਸ ਆਫ ਦਾ ਕਪੈਸਿਟਰ, ਕਪੈਸਿਟਰ ਦੀ ਆਪਾਂ ਰਿਐਕਟੈਂਸ ਫਾਇੰਡ ਆਊਟ ਕਰਨੀ ਆ। ਹੁਣ ਐਮ ਮੀਟਰ ਆਪਾਂ ਨੂੰ ਪਤਾ, ਜਿਹੜਾ ਐਮ ਮੀਟਰ ਆਪਾਂ ਯੂਜ਼ ਕਰਦੇ ਹਾਂ ਕਰੰਟ ਦੀ ਰੀਡਿੰਗ ਫਾਇੰਡ ਆਊਟ ਕਰਨ ਲਈ ਯੂਜ਼ ਕਰਦੇ ਹਾਂ, ਮਤਲਬ ਕਰੰਟ ਨੂੰ ਫਾਇੰਡ ਆਊਟ ਕਰਨ ਲਈ ਐਮ ਮੀਟਰ ਯੂਜ਼ ਕਰਦੇ ਹਾਂ। ਸੋ ਐਮ ਮੀਟਰ ਜਿਹੜਾ ਆਪਾਂ ਨੂੰ ਰੀਡਿੰਗ ਸ਼ੋ ਕਰਦਾ ਹੁੰਦਾ ਆ, ਇਹਦਾ ਮਤਲਬ ਹੁੰਦਾ ਕਿ ਉਨਾ ਅਮਾਊਂਟ ਆ ਜਿਹੜੇ ਕਰੰਟ ਦੀ ਉਹ ਫਲੋ ਕਰ ਰਹੀ ਆ ਸਰਕਿਟ ਦੇ ਵਿੱਚ। ਸੋ ਹੁਣ ਐਮ ਮੀਟਰ ਮਤਲਬ ਇੰਨੀ ਰੀਡਿੰਗ ਦੇ ਰਿਹਾ, ਮਤਲਬ ਇਹ ਕਿ ਆਪਣੇ ਕੋਲ ਕਰੰਟ ਦੀ ਰੀਡਿੰਗ ਆ, ਦੈਟ ਮੀਨਸ ਆਈ ਆਰ ਐਮ ਐਸ ਦੀ ਵੈਲਿਊ ਆਪਣੇ ਕੋਲ। ਸੋ ਕੈਲਕੂਲੇਟ ਕਰਨਾ ਆਪਾਂ ਰਿਐਕਟੈਂਸ, ਰਿਐਕਟੈਂਸ ਕੀ ਸੀਗਾ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਜਿਹੜੀ ਚੀਜ਼ ਕੈਲਕੂਲੇਟ ਕਰਨੀ ਹੁੰਦੀ ਆ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਉਹੀ ਪਤਾ ਹੋਣੀ ਚਾਹੀਦੀ ਆ ਉਹਨੂੰ ਕਿਹੜੇ ਵੇਰੀਏਬਲ ਨਾਲ ਡਿਨੋਟ ਕਰੀਦਾ, ਤਾਂ ਆਪਾਂ ਈਜ਼ਲੀ ਫਾਇੰਡ ਆਊਟ ਕਰ ਸਕਦੇ ਹਾਂ, ਕਲੀਅਰ। ਹੁਣ ਰਿਐਕਟੈਂਸ, ਸੋ ਆਪਾਂ ਨੂੰ ਪਤਾ ਜਿਹੜੀ ਰਿਐਕਟੈਂਸ ਆਫ ਕਪੈਸਿਟਰ ਆ ਉਹਨੂੰ ਆਪਾਂ ਕਪੈਸਿਟਰ ਦੇ ਕੇਸ ਵਿੱਚ ਜਿਹੜੀ ਰਿਐਕਟੈਂਸ ਆ ਉਹਨੂੰ ਕਿਸ ਚੀਜ਼ ਨਾਲ ਡਿਨੋਟ ਕਰਦੇ ਸੀ ਆਪਾਂ, ਐਕਸ ਸੀ, ਐਕਸ ਸੀ ਨਾਲ ਡਿਨੋਟ ਕਰਦੇ ਸੀ। ਔਰ ਇੰਡਕਟਰ ਦੇ ਕੇਸ ਵਿੱਚ ਕਿਸ ਚੀਜ਼ ਨਾਲ ਡਿਨੋਟ ਕਰਦੇ ਸੀ, ਐਕਸ ਐਲ। ਔਰ ਸਿੰਪਲ ਰਜਿਸਟਰ ਦੇ ਕੇਸ ਵਿੱਚ ਤਾਂ ਜਿਹੜੀ ਰਿਐਕਟੈਂਸ ਆ ਉਹ ਰਜਿਸਟੈਂਸ ਹੀ ਹੁੰਦਾ, ਮਤਲਬ ਰਜਿਸਟਰ ਹੀ ਪ੍ਰੋਵਾਈਡ ਕਰਦਾ ਰਜਿਸਟੈਂਸ, ਠੀਕ ਹੈ। ਸੋ ਇਹ ਸੀਗੇ ਆਪਣੇ ਕੋਲ, ਇਹਨਾਂ ਵਿੱਚ ਤੁਹਾਨੂੰ ਡਿਫਰੈਂਸ਼ੀਏਟ ਜਿਹੜਾ ਉਹ ਪਤਾ ਹੋਣਾ ਚਾਹੀਦਾ ਵਾ, ਕਲੀਅਰ। ਸੋ ਹੁਣ ਆਪਾਂ ਫਾਇੰਡ ਕਰਨੀ ਹੈ ਰਿਐਕਟੈਂਸ ਆਫ ਕਪੈਸਿਟਰ, ਦੈਟ ਮੀਨਸ ਆਪਾਂ ਕੀ ਫਾਇੰਡ ਕਰਨਾ, ਐਕਸ ਸੀ, ਠੀਕ ਹੈ। ਸੋ ਆਪਾਂ ਐਕਸ ਸੀ ਫਾਇੰਡ ਆਊਟ ਕਰਨਾ। ਸੋ ਅਗੇਨ ਹੁਣ ਆਪਾਂ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ ਆਪਣੇ ਕੋਲ ਦਿੱਤਾ ਕੀ ਕੀ ਹੋਇਆ, ਠੀਕ ਹੈ। ਆਪਾਂ ਸਟਾਰਟ ਕਰਦੇ ਹਾਂ ਨੁਮੈਰੀਕਲ ਸੋਲਿਊਸ਼ਨ। ਸਭ ਤੋਂ ਪਹਿਲਾਂ ਹਮੇਸ਼ਾ ਉੱਪਰ ਦੇਖੋ ਕਿ ਤੁਹਾਨੂੰ ਦਿੱਤਾ ਕੀ ਕੀ ਹੋਇਆ, ਕੀ ਚੀਜ਼ ਗਿਵਨ ਆ, ਸਭ ਤੋਂ ਪਹਿਲਾਂ ਉਹ ਲਿਖੋ। ਹੁਣ ਦੇਖੋ ਗਿਵਨ ਕੀ, ਇੱਕ ਤਾਂ ਮੈਨੂੰ ਰਜਿਸਟਰ ਦਿੱਤਾ ਹੋਇਆ ਇੰਨੇ ohm ਦਾ ਲੱਗਾ ਹੋਇਆ, ਦੈਟ ਮੀਨਸ ਇਹ ਕੀ ਆ ਰਜਿਸਟੈਂਸ, ਰਜਿਸਟਰ ਆ ਨਾ, ਸੋ ਦੈਟ ਮੀਨਸ ਆਰ। ਸੋ ਆਰ ਦੀ ਵੈਲਿਊ ਦਿੱਤੀ ਹੋਈ ਆ 20 ohm। ਨੈਕਸਟ ਐਮ ਮੀਟਰ ਨੈਗਲੀਜੀਬਲ ਰਜਿਸਟੈਂਸ ਆ, ਸੋਰਸ, ਸੋਰਸ ਦਿੱਤਾ ਹੋਇਆ ਵਾ 220 volt ਐਂਡ 50 hertz,
220 ਵੋਲਟ ਮਤਲਬ ਇਹ ਮੈਕਸਿਮਮ ਵੈਲਿਊ ਆ EMF ਦੀ, ਦੈਟ ਮੀਨਸ ERMS ਦਿੱਤੀ ਹੋਈ ਆਪਾਂ ਨੂੰ, ਰੂਟ ਮੀਨ ਸਕੇਅਰ ਵੈਲਿਊ ਹੋ ਗਈ 220 ਵੋਲਟ। 50 ਹਰਟਸ, ਹਰਟਸ ਮਤਲਬ ਕਿਹਦੀਆਂ ਯੂਨਿਟਸ ਹੁੰਦੀਆਂ, ਫ੍ਰੀਕੁਐਂਸੀ ਦੀਆਂ, ਤੋਂ ਇਹ ਕੀ ਦਿੱਤੀ ਹੋਈ ਆਪਾਂ ਨੂੰ ਫ੍ਰੀਕੁਐਂਸੀ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਿਹੜੀਆਂ ਵੀ SI ਯੂਨਿਟਸ ਨੇ, ਜੇ ਤੁਹਾਨੂੰ ਉਹ ਕਲੀਅਰ ਨੇ ਕਿ ਕਿਹੜੀ SI ਯੂਨਿਟ ਕਿਹੜੀ ਹੁੰਦੀ ਆ, ਤਾਂ ਤੁਹਾਨੂੰ ਨੂਮੈਰੀਕਲ ਕਰਨ ਦੇ ਵਿੱਚ ਬਹੁਤ ਈਜ਼ੀ ਹੋ ਜਾਂਦੇ ਆ। ਕਿਉਂਕਿ ਹੁਣ ਦੇਖੋ, ਜੇ ਮੈਨੂੰ ਇੱਥੇ ਪਤਾ, ਇੱਥੇ ਕਿਤੇ ਨਹੀਂ ਗਿਵਨ ਹੈਗਾ ਵੀ ਇਹ ਫ੍ਰੀਕੁਐਂਸੀ ਆ, ਬਟ ਮੈਨੂੰ ਇੱਕ ਚੀਜ਼ ਇਹ ਪਤਾ ਕਿ ਜਿਹੜੀ ਹਰਟਸ ਆਫ ਫ੍ਰੀਕੁਐਂਸੀ ਦੀ ਯੂਨਿਟ ਆ, ਸੋ ਦੈਟ ਮੀਨਸ ਮੈਨੂੰ ਪਤਾ ਲੱਗ ਗਿਆ ਕਿ ਫ੍ਰੀਕੁਐਂਸੀ ਦਿੱਤੀ ਹੋਈ ਆ, ਔਰ ਵੋਲਟ ਪਤਾ ਮੈਨੂੰ, ਵੋਲਟੇਜ ਦੀ ਯੂਨਿਟ ਆ, ਦੈਟ ਮੀਨਸ EMF ਨੂੰ ਵੀ ਆਪਾਂ ਵੋਲਟ ਵਿੱਚ ਹੀ ਲੈਂਦੇ ਹਾਂ, ਸੋ ਦੈਟ ਮੀਨਸ ਇਹ ਮੈਨੂੰ ਪਤਾ ਲੱਗ ਗਿਆ ਕਿ ERMS ਦੀ ਵੈਲਿਊ ਦਿੱਤੀ ਹੋਈ ਹੈ, ਕਲੀਅਰ। ਸੋ ਇੱਦਾਂ ਨੈਕਸਟ ਉਹਨੇ ਦਿੱਤਾ ਹੋਇਆ ਰੀਡਿੰਗ ਆਫ ਐਮੀਟਰ ਇਜ਼ 2.5 ਐਂਪੀਅਰ, ਸੋ ਦੈਟ ਮੀਨਸ ਮੈਨੂੰ IRMS ਦੀ ਵੈਲਿਊ ਦਿੱਤੀ ਹੋਈ ਆ 2.5 ਐਂਪੀਅਰ। ਹੁਣ ਜੋ ਚੀਜ਼ਾਂ ਆਪਾਂ ਨੂੰ ਗਿਵਨ ਹੁੰਦੀਆਂ ਨੇ ਨੂਮੈਰੀਕਲਸ ਦੇ ਵਿੱਚ, ਜਿਹੜੀਆਂ ਜਿਹੜੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ ਉਹ ਦੇਖੋ, ਔਰ ਜਿਹੜੀ ਤੁਸੀਂ ਫਾਇੰਡ ਆਊਟ ਕਰਨੀ ਆ ਉਹ ਦੇਖੋ, ਫਿਰ ਉਹਨਾਂ ਦੋਨਾਂ ਵਿੱਚ ਰਿਲੇਸ਼ਨ ਫਾਇੰਡ ਕਰੋ ਕਿ ਇਹ ਚੀਜ਼ਾਂ ਨੂੰ ਯੂਜ਼ ਕਰਕੇ ਆਪਾਂ ਉਹ ਵਾਲੀ ਚੀਜ਼ ਆ ਜਿਹੜੀ ਉਹ ਕਿਵੇਂ ਫਾਇੰਡ ਆਊਟ ਕਰ ਸਕਦੇ ਹਾਂ। ਜਿਵੇਂ ਹੁਣ ਮੈਂ ਇੱਥੇ ਫਾਇੰਡ ਕੀ ਕਰਨਾ, ਰਿਐਕਟੈਂਸ, ਮਤਲਬ ਮੈਂ ਫਾਇੰਡ ਕਰਨਾ XC, ਕਲੀਅਰ। XC ਫਾਇੰਡ ਆਊਟ ਕਰਨਾ, ਤਾਂ ਮੈਂ ਹੁਣ ਇਹ ਚੀਜ਼ ਦੇਖੂੰਗੀ ਕਿ ਮੈਨੂੰ ਗਿਵਨ ਕੀ ਚੀਜ਼ਾਂ ਨੇ, ਔਰ ਮੈਂ ਉਹਨਾਂ ਤੋਂ XC ਆ ਜਿਹੜੀ ਕਿਵੇਂ ਫਾਇੰਡ ਆਊਟ ਕਰ ਸਕਦੀ ਹਾਂ ਲੌਜਿਕ ਲਗਾ ਕੇ, ਕਲੀਅਰ। ਹੁਣ ਆਪਾਂ ਨੂੰ ਜੇ ਦੇਖੀਏ, ਵੈਸੇ ਤਾਂ XC ਨੂੰ ਆਪਾਂ ਕਿਵੇਂ ਫਾਇੰਡ ਆਊਟ ਕਰ ਸਕਦੇ ਹਾਂ, ਜੇ ਆਪਾਂ ਨੂੰ XC ਦੀ ਵੈਲਿਊ ਪਤਾ ਹੋਵੇ ਉਹ ਕਿਹਦੇ ਇਕੁਅਲ ਹੁੰਦੀ ਆ, 1/ω, ਇਹ ਤਾਂ ਪਤਾ ਹੀ ਆਪਾਂ ਨੂੰ, ਕਪੈਸਿਟਿਵ ਰਿਐਕਟੈਂਸ 1/ω। ਜੇ ਆਪਾਂ ਅਗਲਾ ਫਾਰਮੂਲਾ ਲਗਾਉਂਦੇ ਹਾਂ XC ਦਾ, ਕੀ ਆਪਾਂ ਫਾਇੰਡ ਆਊਟ ਕਰ ਸਕਦੇ ਹਾਂ XC ਦੀ ਵੈਲਿਊ? ਲੈਟਸ ਸੀ, ਓਮੇਗਾ ਦੀ ਵੈਲਿਊ ਤਾਂ ਚਲੋ ਆਪਾਂ ਫ੍ਰੀਕੁਐਂਸੀ ਤੋਂ ਆਪਾਂ ਫਾਇੰਡ ਆਊਟ ਕਰ ਸਕਦੇ ਹਾਂ, ਬਿਕੋਜ਼ ਓਮੇਗਾ ਇਜ਼ ਇਕੁਅਲਸ ਟੂ ਹੁੰਦਾ ਆਪਣੇ ਕੋਲ 2πf, ਸੋ ਆਪਾਂ ਇੱਥੋਂ ਓਮੇਗਾ ਦੀ ਵੈਲਿਊ ਤਾਂ ਫਾਇੰਡ ਆਊਟ ਕਰ ਸਕਦੇ ਹਾਂ। ਬਟ ਕਪੈਸਿਟੈਂਸ ਇੱਥੇ ਕਿਤੇ ਗਿਵਨ ਨਹੀਂ, ਸੋ ਆਪਣੇ ਕੋਲ ਕਪੈਸਿਟੈਂਸ ਤਾਂ ਹੈ ਹੀ ਨਹੀਂ, ਸੋ ਆਪਾਂ ਇੱਥੇ ਮਤਲਬ ਕਪੈਸਿਟੈਂਸ ਹੈ ਨਹੀਂ, ਤਾਂ ਦੈਟ ਮੀਨਸ ਆਪਾਂ XC ਦੀ ਵੈਲਿਊ ਇਹ ਵਾਲੇ ਫਾਰਮੂਲੇ ਤੋਂ ਫਾਇੰਡ ਆਊਟ ਨਹੀਂ ਕਰ ਸਕਦੇ, ਸੋ ਆਹ ਵਾਲਾ ਫਾਰਮੂਲਾ ਹੋ ਗਿਆ ਰੋਂਗ, ਸੋ ਇਹ ਆਪਾਂ ਜਿਹੜਾ ਇੱਥੇ ਅਪਲਾਈ ਨਹੀਂ ਕਰ ਸਕਦੇ। ਨੈਕਸਟ ਹੁਣ ਇਹ ਦੇਖੋ, ਨਾਲੇ ਉਹਨਾਂ ਨੇ ਤੁਹਾਨੂੰ ਵੈਸੇ ਵੀ, ਜੇ ਤੁਸੀਂ ਧਿਆਨ ਨਾਲ ਦੇਖੋ ਆਪਾਂ ਕਿਹੜਾ ਸਰਕਿਟ ਲੈ ਰਹੇ ਹਾਂ, RC ਨਾ, ਸੀਰੀਜ਼ ਉਹਨਾਂ ਨੇ ਕਿਹਾ ਵੀ ਹੋਇਆ ਕਿ ਸੀਰੀਜ਼ ਵਿੱਚ ਜਿਹੜੇ ਰਜਿਸਟਰ ਅਤੇ ਕਪੈਸਿਟਰ ਲੱਗੇ ਹੋਏ ਆ, ਸੋ ਦੈਟ ਮੀਨਸ ਆਪਾਂ RC ਸਰਕਿਟ ਲੈ ਰਹੇ ਹਾਂ, ਸੋ RC ਸਰਕਿਟ ਦੇ ਵਿੱਚ ਜਿਹੜਾ XC ਦੀ ਵੈਲਿਊ ਆ ਉਹ ਕਿਵੇਂ ਆਪਾਂ ਫਾਇੰਡ ਆਊਟ ਕਰ ਸਕਦੇ ਹਾਂ, ਇੰਪੀਡੈਂਸ ਤੋਂ। RC ਸਰਕਿਟ ਦੇ ਵਿੱਚ ਆਪਾਂ ਨੂੰ ਪਤਾ ਕਿ Z ਕਿਹਦੇ ਇਕੁਅਲ ਹੁੰਦਾ, ਵਿਚ ਇਜ਼ ਇਕੁਅਲਸ ਟੂ √R² ਪਲੱਸ XC² ਕਲੀਅਰ ਨਾ। ਇਹ ਮੈਂ ਤੁਹਾਨੂੰ ਤਾਂ ਦੱਸਿਆ ਸੀ ਵੈਸੇ ਵੀ, ਕਈ ਵਾਰੀ ਬੱਚੇ ਆ ਜਿਹੜੇ ਉਹ ਕਨਫਿਊਜ਼ ਹੋ ਜਾਂਦੇ ਆ ਵੀ XC ਦਾ ਉਹ ਵਾਲਾ ਫਾਰਮੂਲਾ ਕਿਉਂ ਨਹੀਂ ਲੱਗਿਆ, ਆਹ ਕਿਉਂ ਲਾ ਰਹੇ ਹਾਂ, ਠੀਕ ਹੈ, ਉਹ ਵੈਸੇ ਵੀ ਇੱਥੇ ਐਪਲੀਕੇਬਲ ਹੈ ਹੀ ਨਹੀਂ ਉਹ ਫਾਰਮੂਲਾ। ਔਰ ਦੂਸਰੀ ਚੀਜ਼, ਆਪਾਂ ਨੂੰ ਗਿਵਨ ਆ ਕਿ ਆਪਾਂ RC ਸਰਕਿਟ ਲੈ ਰਹੇ ਹਾਂ, ਤੋ RC ਸਰਕਿਟ ਦੇ ਵਿੱਚ ਆਪਾਂ ਜਿਹੜਾ ਫਾਰਮੂਲਾ ਯੂਜ਼ ਕਰਦੇ ਹਾਂ Z ਦਾ ਉਹ ਆਹ ਵਾਲਾ ਹੁੰਦਾ, ਤੋ ਇਹਦੇ ਤੋਂ ਆਪਾਂ ਈਜ਼ਲੀ ਜਿਹੜੀ ਉਹ XC ਦੀ ਵੈਲਿਊ ਫਾਇੰਡ ਆਊਟ ਕਰ ਸਕਦੇ ਹਾਂ, ਠੀਕ ਹੈ। ਸੋ ਹੁਣ ਆਪਾਂ ਇੱਥੋਂ XC ਦੀ ਵੈਲਿਊ ਤਾਂ ਫਾਇੰਡ ਆਊਟ ਕਰ ਲਾਂਗੇ, Z ਅਤੇ R ਫਾਇੰਡ ਆਊਟ ਕਰਕੇ। ਹੁਣ ਆਪਣੇ ਕੋਲ R ਤਾਂ ਹੈਗਾ ਵਾ, R ਤਾਂ ਆਪਣੇ ਕੋਲ ਗਿਵਨ ਆ, ਬਟ Z ਫਿਰ ਨਹੀਂ ਹੈਗਾ, Z ਨਹੀਂ ਨਾ ਹੈਗਾ, ਤੋ ਸਭ ਤੋਂ ਪਹਿਲਾਂ ਹੁਣ ਆਪਣਾ ਫਸਟ ਕੰਮ ਕੀ ਹੋਊਗਾ ਕਿ ਆਪਾਂ ਜਿਹੜਾ ਵਾ Z ਨੂੰ ਫਾਇੰਡ ਆਊਟ ਕਰੀਏ। ਸੋ ਜੇ ਮੈਂ ਇੱਥੋਂ XC ਦਾ ਫਾਰਮੂਲਾ ਬਣਾਉਣਾ ਹੋਵੇ ਤਾਂ ਮੈਂ ਕਿਵੇਂ ਬਣਾਊਂਗੀ, Z ਦੀ ਸਕੇਅਰ ਵਿਚ ਇਜ਼ ਇਕੁਅਲਸ ਟੂ R² ਪਲੱਸ XC ਸਕੇਅਰ, ਦੈਟ ਮੀਨਸ ਕੀ ਆ ਗਿਆ ਮੇਰੇ ਕੋਲ, XC ਸਕੇਅਰ ਇਜ਼ ਇਕੁਅਲਸ ਟੂ Z ਸਕੇਅਰ ਮਾਈਨਸ R² ਕਿ ਮੈਂ XC ਦੀ ਸਕੇਅਰ ਦੀ ਵੈਲਿਊ ਫਾਇੰਡ ਆਊਟ ਕਰਨੀ ਆ, ਆਹ ਵਾਲਾ ਜਿਹੜਾ ਆ ਰਿਹਾ ਦੂਸਰੀ ਸਾਈਡ ਜਾ ਕੇ ਕੀ ਹੋ ਗਿਆ, ਨੈਗੇਟਿਵ। ਸੋ XC ਦੀ ਵੈਲਿਊ ਕਿੰਨੀ ਆ ਗਈ, √Z² - R²
ਮੇਰੇ ਕੋਲ ਫਾਰਮੂਲਾ ਜਿਹੜਾ ਉਹ ਬਣ ਗਿਆ ਕਿ ਜੇ ਹੁਣ ਆਹ ਵਾਲਾ ਮੈਨੂੰ ਪਤਾ ਸੀਗਾ ਮੈਂ ਐਕਸ ਸੀ ਦੀ ਵੈਲਿਊ ਫਾਇੰਡ ਆਊਟ ਕਰਨੀ ਆ ਤਾਂ ਮੈਂ ਆਹ ਵਾਲਾ ਫਾਰਮੂਲਾ ਜਿਹੜਾ ਉਹ ਤੋਂ ਬਣਾ ਲਿਆ। ਮਤਲਬ ਹੁਣ ਜੇ ਮੈਂ ਇੱਥੇ ਜ਼ੈਡ ਦੀ ਵੈਲਿਊ ਪੁੱਟ ਕਰਾਂ ਔਰ ਆਰ ਦੀ ਵੈਲਿਊ ਪੁੱਟ ਕਰਾਂ ਦੈਨ ਆਈ ਕੈਨ ਫਾਇੰਡ ਐਕਸ ਸੀ। ਬਟ ਹੁਣ ਆਪਾਂ ਸਭ ਤੋਂ ਪਹਿਲਾਂ ਕਿਹੜੀ ਵੈਲਿਊ ਫਾਇੰਡ ਆਊਟ ਕਰਨੀ ਆ? ਜ਼ੈਡ, ਜਿਹੜਾ ਕਿ ਨਹੀਂ ਹੈਗਾ ਸਾਡੇ ਕੋਲ। ਹੁਣ ਆਪਾਂ ਨੂੰ ਇੱਕ ਚੀਜ਼ ਪਤਾ ਕਿ ਆਈ ਆਰ ਐਮ ਐਸ ਇਜ਼ ਇਕੁਅਲਸ ਟੂ ਈ ਆਰ ਐਮ ਐਸ ਡਿਵਾਈਡਡ ਬਾਈ ਜ਼ੈਡ। ਇੰਪੀਡੈਂਸ ਦੇ ਕੇਸ ਦੇ ਵਿੱਚ ਜਦੋਂ ਆਪਾਂ ਆਰ ਐਲ ਜਾਂ ਆਰ ਸੀ ਲੈ ਕੇ ਚੱਲਦੇ ਹਾਂ, ਫਾਰਮੂਲਾ ਜਿਹੜਾ ਹੁੰਦਾ ਆਪਣੇ ਕੋਲ ਆਈ ਆਰ ਐਮ ਐਸ ਦਾ, ਜਿਹੜਾ ਆਪਾਂ ਫਾਈਂਡ ਆਊਟ ਕਰਦੇ ਹਾਂ ਅਖੀਰ 'ਤੇ ਜਦੋਂ ਆਪਾਂ ਗ੍ਰਾਫ ਪਲੋਟ ਕਰਦੇ ਹਾਂ ਐਕਸ ਸੀ ਜਾਂ ਐਕਸ ਐਲ ਦੇ ਵਿੱਚ ਵਿਦ ਫ੍ਰੀਕੁਐਂਸੀ ਦੇ ਨਾਲ, ਤਾਂ ਉੱਥੇ ਆਪਾਂ ਆਈ ਆਰ ਐਮ ਐਸ ਦੀ ਵੈਲਿਊ ਵੀ ਫਾਈਂਡ ਆਊਟ ਕਰਦੇ ਹਾਂ ਕਿ ਜਿਹੜਾ ਆਪਣੇ ਕੋਲ ਆਈ ਆਰ ਐਮ ਐਸ ਆ ਉਹ ਹੁੰਦਾ ਈ ਆਰ ਐਮ ਐਸ ਡਿਵਾਈਡਿਡ ਬਾਏ ਜ਼ੈਡ। ਦੇਖੋ ਵੈਸੇ ਵੀ ਜੇ ਆਪਾਂ ਨੋਰਮਲ ਵੀ ਕੰਸੀਡਰ ਕਰੀਏ ਜਿਹੜਾ ਆਪਣੇ ਕੋਲ ਆਈ ਆਰ ਐਮ ਐਸ ਦੀ ਵੈਲਿਊ ਆ, ਮਤਲਬ ਆਈ ਦੀ ਵੈਲਿਊ ਕੀ ਹੁੰਦੀ ਆ? ਈ ਬਾਏ ਆਰ ਨਾ, ਆਈ ਨੋਟ ਦੀ ਈ ਨੋਟ ਬਾਏ ਆਰ, ਠੀਕ ਹੈ। ਸੋ ਜੇ ਆਪਾਂ ਆਈ ਆਰ ਐਮ ਐਸ ਲੈਣਾ ਹੋਵੇ ਉਹ ਕਿਹਦੇ ਇਕੁਅਲ ਹੁੰਦਾ? ਈ ਆਰ ਐਮ ਐਸ ਡਿਵਾਈਡਿਡ ਬਾਏ ਆਰ। ਇਹ ਵੈਸੇ ਤੁਹਾਨੂੰ ਸਾਰਾ ਪਤਾ ਹੋਣਾ ਕਿ ਆਈ ਆਰ ਐਮ ਐਸ ਕਿਹਦੇ ਇਕੁਅਲ ਹੁੰਦਾ ਆ ਆਪਣੇ ਕੋਲ। ਇਹ ਮੈਂ ਸੋਲਵ ਕਰਕੇ ਵੀ ਦਿਖਾ ਸਕਦੀ ਤੁਹਾਨੂੰ ਕਿ ਆਈ ਆਰ ਐਮ ਐਸ ਕਿਹਦੇ ਇਕੁਅਲ ਹੁੰਦਾ, ਵਿਚ ਇਜ਼ ਇਕੁਅਲ ਟੂ ਆਈ ਨੋਟ ਬਾਏ ਰੂਟ ਟੂ। ਆਈ ਨੋਟ ਦੀ ਵੈਲਿਊ ਪੁੱਟ ਕਰ ਦਿਓ, ਆਹ ਕੀ ਆ ਗਿਆ? ਆਈ ਆਰ ਐਮ ਐਸ ਵਿਚ ਇਜ਼ ਇਕੁਅਲ ਟੂ ਈ ਨੋਟ ਡਿਵਾਈਡਿਡ ਬਾਏ ਆਰ ਇੰਟੂ ਰੂਟ ਟੂ, ਠੀਕ ਹੈ। ਫਿਰ ਈ ਨੋਟ ਬਾਏ ਰੂਟ ਟੂ ਆਪਾਂ ਨੂੰ ਪਤਾ ਵਿਚ ਇਜ਼ ਇਕੁਅਲ ਟੂ ਈ ਆਰ ਐਮ ਐਸ, ਤੋਂ ਆ ਗਿਆ ਕਿ ਆਈ ਆਰ ਐਮ ਐਸ ਵਿਚ ਇਜ਼ ਇਕੁਅਲ ਟੂ ਈ ਆਰ ਐਮ ਐਸ ਡਿਵਾਈਡਿਡ ਬਾਏ ਆਰ। ਆਹੀ ਵਾਲੀ ਚੀਜ਼ ਮੇਰੇ ਕੋਲ ਆ ਗਈ। ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਪਤਾ ਕਿ ਆਈ ਆਰ ਐਮ ਐਸ ਵਿਚ ਇਜ਼ ਇਕੁਅਲ ਟੂ ਈ ਆਰ ਐਮ ਐਸ ਬਾਏ ਆਰ ਦੇ ਇਕੁਅਲ ਹੁੰਦਾ ਇਹਨਾਂ ਪਿਓਰਲੀ ਰਜਿਸਟਿਵ ਸਰਕਿਟ ਦੇ ਵਿੱਚ। ਹੁਣ ਇੱਥੇ ਜਿਹੜਾ ਰਜਿਸਟੈਂਸ ਆ ਉਹਨੂੰ ਕੌਣ ਸ਼ੋ ਕਰ ਰਿਹਾ? ਜ਼ੈਡ, ਦੈਟ ਇਜ਼ ਇੰਪੀਡੈਂਸ। ਉਹਨੂੰ ਡਿਫਾਈਨ ਕਰ ਰਿਹਾ ਨਾ, ਰਜਿਸਟੈਂਸ ਪ੍ਰੋਵਾਈਡ ਕਰ ਰਿਹਾ ਜਿਹੜੇ ਓਪੋਜੀਸ਼ਨ ਫਲੋ ਮਤਲਬ ਪ੍ਰੋਵਾਈਡ ਕਰਦਾ ਇਨ ਫਲੋ ਆਫ ਏ ਸੀ ਸਰਕਿਟ, ਉਹ ਕੌਣ ਕਰਦਾ ਇੱਥੇ? ਜ਼ੈਡ, ਦੈਟ ਇਜ਼ ਇੰਪੀਡੈਂਸ। ਤੋਂ ਆਰ ਦੀ ਜਗ੍ਹਾ 'ਤੇ ਇਹ ਮਤਲਬ ਜ਼ੈਡ ਆ ਜਿਹੜਾ ਆਰ ਦਾ ਹੀ ਰੋਲ ਪਲੇ ਕਰ ਰਿਹਾ ਆ। ਤੋ ਇਸ ਕਰਕੇ ਇੱਥੇ ਆਪਾਂ ਕੀ ਲਿਖ ਸਕਦੇ ਹਾਂ? ਜ਼ੈਡ। ਸੋ ਆਵਲਾ ਵਾਲਾ ਫਾਰਮੂਲਾ ਪਤਾ, ਇੱਥੋਂ ਆਪਾਂ ਜ਼ੈਡ ਦੀ ਵੈਲਿਊ ਫਾਈਂਡ ਆਊਟ ਕਰ ਲੈਂਦੇ ਹਾਂ ਕਿਉਂਕਿ ਆਪਾਂ ਨੂੰ ਈ ਆਰ ਐਮ ਐਸ ਦੀ ਵੈਲਿਊ ਵੀ ਪਤਾ ਔਰ ਆਈ ਆਰ ਐਮ ਐਸ ਦੀ ਵੈਲਿਊ ਵੀ ਪਤਾ, ਕਲੀਅਰ। ਸੋ ਇੱਥੋਂ ਮੈਂ ਜੇ ਜ਼ੈਡ ਦੀ ਵੈਲਿਊ ਕੱਢਣੀ ਹੋਵੇ ਕੀ ਆ ਜੂਗੀ? ਜ਼ੈਡ ਵਿਚ ਇਜ਼ ਇਕੁਅਲ ਟੂ ਈ ਆਰ ਐਮ ਐਸ ਡਿਵਾਈਡਿਡ ਬਾਏ ਆਰ ਐਮ ਐਸ, ਠੀਕ ਹੈ। ਜ਼ੈਡ ਇੱਧਰ ਲੈ ਗਏ, ਆਈ ਆਰ ਐਮ ਐਸ ਨੀਚੇ ਆ ਗਿਆ। ਵੈਲਿਊਸ ਪੁੱਟ ਕਰੋ, ਜ਼ੈਡ ਵਿਚ ਇਜ਼ ਇਕੁਅਲ ਟੂ ਈ ਆਰ ਐਮ ਐਸ ਦੀ ਵੈਲਿਊ ਕਿੰਨੀ ਦਿੱਤੀ ਹੋਈ ਆਪਾਂ ਨੂੰ? 220 ਵੋਲਟ, ਔਰ ਆਈ ਆਰ ਐਮ ਐਸ ਦੀ ਕਿੰਨੀ ਦਿੱਤੀ ਹੋਈ ਆ? 2.5। ਸੋ 220 ਵੋਲਟ ਔਰ 2.5 ਐਮਪੀਅਰ। ਸੋ ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਕਟਿੰਗ ਕਰੋਗੇ ਤਾਂ ਜਿਹੜੀ ਤੁਹਾਡੇ ਕੋਲ ਅਪਰੋਕਸੀਮੇਟ ਵੈਲਿਊ ਆ ਉਹ ਆ ਜਾਂਦੀ ਆ 88 ਓਮ। ਇਹਨਾਂ ਦੋਨਾਂ ਨੂੰ ਜਦੋਂ ਤੁਸੀਂ ਕੈਲਕੂਲੇਟਰਸ ਯੂਜ਼ ਕਰ ਲਿਓ, ਜੋ ਤੁਸੀਂ ਇਹਨਾਂ ਨੂੰ ਫਾਇੰਡ ਕਰਦੇ ਹੋ ਤਾਂ 88 ਓਮ ਆ ਜਾਂਦੀ ਹੈ, ਠੀਕ ਹੈ। ਸੋ ਜ਼ੈਡ ਜਿਹੜਾ ਵਾ ਰਜਿਸਟੈਂਸ ਆ ਇੱਕ ਤਰ੍ਹਾਂ ਦਾ ਪ੍ਰੋਵਾਈਡ ਕਰਦਾ, ਦੈਟ ਮੀਨਸ ਇਹਦੀ ਯੂਨਿਟਸ ਕੀ ਹੋ ਗਈ? ਓਮ। ਹੁਣ ਆਪਣੇ ਕੋਲ ਜ਼ੈਡ ਦੀ ਵੈਲਿਊ ਫਾਇੰਡ ਆਊਟ ਹੋ ਗਈ। ਸੋ ਹੁਣ ਜ਼ੈਡ ਦੀ ਵੈਲਿਊ ਫਾਇੰਡ ਆਊਟ ਹੋ ਗਈ, ਦੈਟ ਮੀਨਸ ਆਪਾਂ ਜਿਹੜੀ ਐਕਸ ਸੀ ਆ ਇੱਥੇ ਜ਼ੈਡ ਦੀ ਵੈਲਿਊ ਪੁੱਟ ਕਰਕੇ ਐਕਸ ਸੀ ਆ ਜਿਹੜੀ ਉਹਨੂੰ ਈਜ਼ਲੀ ਫਾਇੰਡ ਆਊਟ ਕਰ ਸਕਦੇ ਹਾਂ, ਕਲੀਅਰ। ਹੁਣ ਆਪਾਂ ਫਾਇੰਡ ਆਊਟ ਕਰਦੇ ਹਾਂ ਐਕਸ ਸੀ ਦੀ ਵੈਲਿਊ। ਦੇਖੋ ਉਹ ਵਾਲੇ ਫਾਰਮੂਲੇ 'ਚ ਪੁੱਟ ਕਰੋ, ਐਕਸ ਸੀ ਵਿਚ ਇਜ਼ ਇਕੁਅਲਸ ਟੂ ਕੀ ਫਾਰਮੂਲਾ ਸੀ? ਜ਼ੈਡ ਸਕੇਅਰ ਮਾਈਨਸ ਆਰ ਸਕੇਅਰ। ਸੋ ਜ਼ੈਡ ਦੀ ਵੈਲਿਊ ਕਿੰਨੀ ਆ ਆਪਣੇ ਕੋਲ? 88 ਸਕੇਅਰ ਮਾਈਨਸ ਆਰ ਦੀ ਵੈਲਿਊ ਕਿੰਨੀ ਦਿੱਤੀ ਹੋਈ ਆ? 20, ਤੋਂ 20 ਸਕੇਅਰ। ਹੁਣ ਆਪਾਂ ਇਹਨੂੰ ਕਿਵੇਂ ਸੋਲਵ ਆਊਟ ਮਤਲਬ ਸੋਲਵ ਕਰ ਸਕਦੇ ਹਾਂ? ਦੇਖੋ ਇਹ ਕਿਹੜਾ ਵਾਲਾ ਫਾਰਮੂਲਾ ਬਣਦਾ ਪਿਆ?
a² - b² ਇਹੀ ਵਾਲਾ ਫਾਰਮੂਲਾ ਬਣਦਾ a² - b² ਵਿਚ ਇਜ਼ ਇਕੁਅਲ ਟੂ ਕਿਹਦੇ ਹੁੰਦਾ a² - b² ਵਿਚ ਇਜ਼ ਇਕੁਅਲ ਟੂ a + b a - b ਸੋ a + b a - b ਦੇ ਇਕੁਅਲ ਹੁੰਦਾ ਸੋ ਇਹਨੂੰ ਆਪਾਂ ਉੱਦਾਂ ਹੀ ਲੈ ਲੈਂਦੇ ਹਾਂ ਅੰਡਰ ਰੂਟ ਤਾਂ ਉੱਦਾਂ ਹੀ ਰਹਿ ਜੂਗਾ ਉੱਪਰ ਸੋ 88 + 20 ਐਂਡ 88 - 20 ਕਲੀਅਰ ਫਾਰਮੂਲਾ ਅਪਲਾਈ ਕਰਤਾ ਹੁਣ ਜਦੋਂ ਤੁਸੀਂ ਇਹਨੂੰ ਸੋਲਵ ਕਰ ਲਿਓ 88 + 20 ਕਰਕੇ ਇੱਥੇ ਕਰ ਲਓ 88 + 20 ਕਿੰਨਾ ਹੋ ਜਾਊਗਾ 108 ਕਲੀਅਰ ਔਰ 88 - 20 ਹੋ ਗਿਆ 68 ਠੀਕ ਹੈ 88 + 20 ਆਪਾਂ ਕਰ ਲਿਆ 8 ਔਰ 8 to the 10 ਮਤਲਬ 108 ਔਰ 88 - 20 8 a² - 6 ਸੋ 68 ਆ ਗਿਆ ਸੋ ਇਹਨੂੰ ਜਦੋਂ ਤੁਸੀਂ ਦੋਨਾਂ ਨੂੰ ਸੋਲਵ ਕਰੋਗੇ ਤਾਂ ਜਿਹੜਾ ਤੁਹਾਡਾ ਅਪਰੋਕਸੀਮੇਟ ਜਿਹੜਾ ਆਨਸਰ ਆਉਂਦਾ ਆ ਉਹ ਆ ਜਾਂਦਾ ਆ 85.7 ohm ਜਿਹੜਾ ਆਨਸਰ ਆ ਜਾਂਦਾ ਐਕਸ ਸੀ ਦੀ ਵੈਲਿਊ ਜਿਹੜੀ ਆਪਾਂ ਫਾਈਂਡ ਆਊਟ ਕੀਤੀ ਕਿਉਂਕਿ ਐਕਸ ਸੀ ਵੀ ਕੀ ਇੱਕ ਤਰ੍ਹਾਂ ਦੀ ਰੈਜ਼ਿਸਟੈਂਸ ਹੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਇਨ ਐਨ ਆਰ ਸੀ ਸਰਕਿਟ ਦੇ ਵਿੱਚ ਤੋ ਇਸ ਕਰਕੇ ਇਹਦੇ ਪਿੱਛੇ ਕੀ ਲਾਇਆ ਓਮ ਸੋ ਇਹ ਸੀਗਾ ਆਪਣਾ ਨੂਮੈਰੀਕਲ ਰਿਲੇਟਡ ਟੂ ਆਰ ਸੀ ਸਰਕਿਟ ਫਸਟ ਸੋ ਮਤਲਬ ਮੇਰੇ ਕਹਿਣ ਦਾ ਕੀ ਸੀ ਇਸ ਨੂਮੈਰੀਕਲ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਧਿਆਨ ਨਾਲ ਪੜ੍ਹੋ ਕਿ ਤੁਹਾਨੂੰ ਦਿੱਤਾ ਕੀ ਹੋਇਆ ਸਰਕਿਟ ਕਿਹੜਾ ਆ ਆਰ ਸੀ ਜਾਂ ਆਰ ਐਲ ਆ ਸਿੰਪਲ ਕਪੈਸਿਟਰ ਰਜਿਸਟਰ ਆ ਕਿਹੜਾ ਸਰਕਿਟ ਆ ਧਿਆਨ ਨਾਲ ਪੜ੍ਹੋ ਉਸ ਤੋਂ ਬਾਅਦ ਦੇਖੋ ਤੁਸੀਂ ਤੁਹਾਨੂੰ ਫਾਈਂਡ ਆਊਟ ਕਰਨ ਨੂੰ ਕਿਹੜੀ ਚੀਜ਼ ਕਹੀ ਹੋਈ ਆ ਫਿਰ ਜਿਹੜੀਆਂ ਚੀਜ਼ਾਂ ਗਿਵਨ ਆ ਔਰ ਜਿਹੜੀ ਤੁਸੀਂ ਫਾਈਂਡ ਆਊਟ ਕਰਨੀ ਹੈ ਉਹਨਾਂ ਦੋਨਾਂ 'ਚ ਰਿਲੇਸ਼ਨ ਦੇਖੋ ਫਾਈਂਡ ਆਊਟ ਕਰੋ ਵੀ ਤੁਸੀਂ ਰਿਲੇਸ਼ਨ ਕਿਹੜਾ ਯੂਜ਼ ਕਰ ਸਕਦੇ ਹੋ ਸੋ ਰਿਲੇਸ਼ਨ ਯੂਜ਼ ਕਰੋ ਉਸ ਤੋਂ ਬਾਅਦ ਵੈਲਿਊਜ਼ ਫਾਈਂਡ ਆਊਟ ਕਰਕੇ ਈਜ਼ਲੀ ਜਿਹੜਾ ਤੁਸੀਂ ਆਪਣਾ ਨੂਮੈਰੀਕਲ ਆ ਜਿਹੜਾ ਸੋਲਵ ਆਊਟ ਕਰ ਸਕਦੇ ਹੋ ਹੁਣ ਨੈਕਸਟ ਆਪਣੇ ਕੋਲ ਇੱਕ ਹੋਰ ਨੂਮੈਰੀਕਲ ਆ ਇਹਦੇ ਨਾਲ ਹੀ ਰਿਲੇਟਡ ਉਹ ਥੋੜ੍ਹਾ ਜਿਹਾ ਚੇਂਜ ਸੀਗਾ ਇਸ ਲਈ ਮੈਂ ਇਹ ਵੀ ਕਰਵਾ ਰਹੀ ਹਾਂ ਤੁਹਾਨੂੰ ਠੀਕ ਹੈ ਥੋੜ੍ਹਾ ਜਿਹਾ ਡਿਫਰੈਂਟ ਹੈ ਪਹਿਲੇ ਨਾਲੋਂ ਦੇਖੋ ਅਗੇਨ ਐਨ ਅਲਟਰਨੇਟਿੰਗ ਕਰੰਟ ਆਫ 1.5 mA RMS ਐਂਡ ਐਂਗੂਲਰ ਫ੍ਰੀਕੁਐਂਸੀ ਓਮੇਗਾ ਇਜ਼ ਇਕੁਅਲ ਟੂ 100 rads/s ਫਲੋਜ਼ ਥਰੂ ਅ 10 kΩ ਰਜਿਸਟਰ ਮਤਲਬ ਉਹਨਾਂ ਨੇ ਕੀ ਕਿਹਾ ਇੱਕ ਅਲਟਰਨੇਟਿੰਗ ਕਰੰਟ ਆ ਉਹਦੀ ਵੈਲਿਊ ਵੀ ਦਿੱਤੀ ਹੋਈ ਆ 1.5 mA RMS ਇਹ ਵੀ ਨਾਲ ਦਿੱਤਾ ਹੋਇਆ ਕਿ ਇਹ ਜਿਹੜੀ ਵੈਲਿਊ ਇਹਦੇ 'ਚ ਗਿਵਨ ਹੈ ਤੁਹਾਨੂੰ ਕਿਹੇ IRMS ਦੀ ਵੈਲਿਊ ਦਿੱਤੀ ਹੋਈ ਆ ਐਂਡ ਐਂਗੂਲਰ ਫ੍ਰੀਕੁਐਂਸੀ ਇਹ 'ਚ ਆਪਾਂ ਨੂੰ ਫ੍ਰੀਕੁਐਂਸੀ ਵੀ ਗਿਵਨ ਹੈ ਕਿੰਨੀ ਆ ਮਤਲਬ ਓਮੇਗਾ ਓਮੇਗਾ ਦੇ ਦਿੱਤੀ ਹੋਈ 100 rads/s ਉਹ ਫਲੋ ਕਰ ਰਹੀ ਆ ਥਰੂ ਆ 10 kΩ ਰਜਿਸਟਰ ਰਜਿਸਟੈਂਸ ਦੀ ਵੈਲਿਊ ਦਿੱਤੀ ਹੋਈ ਹੈ ਦੈਟ ਇਜ਼ 10 kΩ ਮਤਲਬ ਰਜਿਸਟਰ ਆ ਇਹ ਜਿਹੜੀ ਰਜਿਸਟੈਂਸ ਪ੍ਰੋਵਾਈਡ ਕਰ ਰਿਹਾ ਮਤਲਬ ਆਰ ਦੀ ਵੈਲਿਊ ਦਿੱਤੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਐਂਡ 0.50 μF ਕਪੈਸਿਟਰ ਕਪੈਸਿਟਰ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ 0.50 μF ਇਨ ਸੀਰੀਜ਼ ਫਿਰ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਨ ਸੀਰੀਜ਼ ਦੇ ਵਿੱਚ ਵਾ ਕਿ ਜਿਹੜੇ ਰਜਿਸਟਰ ਔਰ ਕਪੈਸਿਟਰ ਮਤਲਬ ਰਜਿਸਟਰ ਔਰ ਕਪੈਸਿਟਰ ਕਾਹਦੇ ਵਿੱਚ ਨੇ ਇਨ ਸੀਰੀਜ਼ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਆਰ ਸੀ ਦਾ ਨੂਮੈਰੀਕਲ ਆ ਮਤਲਬ ਉਹ ਜਿਹਦੇ ਵਿੱਚ ਆਰ ਐਂਡ ਸੀ ਦੋਨੇ ਕੀ ਲੱਗੇ ਹੋਏ ਆ ਸੀਰੀਜ਼ ਦੇ ਵਿੱਚ ਮਤਲਬ ਆਪਾਂ ਉਸ ਆਰਟੀਕਲ ਦੇ ਰਿਲੇਟਡ ਜਿਹੜੇ ਫਾਰਮੂਲੇ ਸੀਗੇ ਆਪਾਂ ਉਹ ਇਹਦੇ ਵਿੱਚ ਲਗਾਉਣੇ ਆ ਇੱਥੋਂ ਕਲੀਅਰ ਹੋ ਗਿਆ ਨਾ ਕਿ ਰਜਿਸਟਰ ਐਂਡ ਕਪੈਸਿਟਰ ਕਿਹ 'ਚ ਲੱਗੇ ਹੋਏ ਆ ਸੀਰੀਜ਼ ਦੇ ਵਿੱਚ ਮਤਲਬ ਆਰ ਸੀ ਨਾਲ ਰਿਲੇਟਡ ਜਿਹੜੇ ਨੂਮੈਰੀਕ ਉਹ ਸੀਗੇ ਉਹਦੇ ਵਿੱਚ ਫਾਰਮੂਲੇ ਸੀਗੇ ਉਹ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਨੈਕਸਟ ਵੈਲਿਊਜ਼ ਹੁਣ ਕਾਹਦੀ ਕਰਦੇ ਹਾਂ ਕੈਲਕੂਲੇਟ ਆਪਾਂ ਕੀ ਚੀਜ਼ ਕਰਨੀ ਆ ਕੈਲਕੂਲੇਟ ਦਾ ਵੈਲਿਊ ਆਫ ਆਰ ਐਮ ਐਸ ਵੋਲਟੇਜ ਮਤਲਬ ਈ ਆਰ ਐਮ ਐਸ ਵੋਲਟੇਜ ਮਤਲਬ ਈ ਆਰ ਐਮ ਐਸ ਆਪਾਂ ਫਾਈਂਡ ਆਊਟ ਕਰਨੀ ਆ ਜਾਂ ਆਪਾਂ ਕੀ ਕਹਿ ਸਕਦੇ ਹਾਂ ਕਪੈਸਿਟਰ ਦੇ ਕੇਸ ਵਿੱਚ ਆ ਨਾ ਆਰ ਐਮ ਐਸ ਕਪੈਸਿਟਰ ਦੇ ਕੇਸ ਵਿੱਚ ਆ ਅਕਰੋਸ ਦਾ ਕਪੈਸਿਟਰ
ਤਾਂ ਇਹਨੂੰ ਆਪਾਂ ਜਿਹੜਾ ਇਹਦਾ ਨਾਮ ਦੇ ਸਕਦੇ ਹਾਂ ਆਪਾਂ ਆਰ ਐਮ ਐਸ ਵੋਲਟੇਜ ਨੂੰ ਵੀ ਸੀ ਆਰ ਐਮ ਐਸ ਵੀ ਕਹਿ ਸਕਦੇ ਹਾਂ, ਕਿਉਂਕਿ ਕਪੈਸਿਟਰ ਦੇ ਕੇਸ ਵਿੱਚ ਜਿਹੜੀ ਵੋਲਟੇਜ ਆ ਉਹਦੀ ਆਰ ਐਮ ਐਸ ਵੈਲਿਊ, ਤਾਂ ਵੀ ਸੀ ਆਰ ਐਮ ਐਸ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਐਂਡ ਸੈਕਿੰਡ ਚੀਜ਼ ਕੀ ਫਾਇੰਡ ਆਊਟ ਕਰਨੀ ਆ, ਇੰਪੀਡੈਂਸ, ਇੰਪੀਡੈਂਸ ਆਫ ਸਰਕਿਟ, ਮਤਲਬ ਕੀ ਆ ਜ਼ੈਡ। ਕਲੀਅਰ ਹੋ ਗਿਆ ਨਿਊਮੈਰੀਕਲ, ਜਦੋਂ ਵੀ ਨਿਊਮੈਰੀਕਲ ਆਵੇ ਨਾ ਪੇਪਰ ਵਿੱਚ ਉਹਨੂੰ ਧਿਆਨ ਨਾਲ ਰੀਡ ਆਊਟ ਕਰਨਾ, ਠੀਕ ਹੈ। ਸੋ ਉਹਦੇ 'ਚ ਆਪਾਂ ਨੂੰ ਕਿਹੜੇ ਫਾਰਮੂਲੇਸ ਲਗਾਉਣੇ, ਜੇ ਤੁਸੀਂ ਉਹ ਨਿਊਮੈਰੀਕਲ ਨੂੰ ਧਿਆਨ ਨਾਲ ਪੜ੍ਹੋ ਤੁਹਾਨੂੰ ਪਤਾ ਲੱਗ ਜਾਂਦਾ। ਜਿਵੇਂ ਇੱਥੋਂ ਮੈਨੂੰ ਪਤਾ ਲੱਗ ਗਿਆ ਕਿ ਰਜਿਸਟਰ ਐਂਡ ਕਪੈਸਿਟਰ ਕਾਹਦੇ ਵਿੱਚ ਲੱਗੇ ਹੋਏ ਆ, ਸੀਰੀਜ਼ ਦੇ ਵਿੱਚ, ਮਤਲਬ ਆਰ ਸੀ ਵਾਲਾ ਹੈ ਤਾਂ ਨਿਊਮੈਰੀਕਲ ਆ, ਆਰ ਸੀ ਨਾਲ ਰਿਲੇਟਡ ਆ। ਫਿਰ ਮੈਂ ਕੀ ਫਾਇੰਡ ਆਊਟ ਕਰਨੀ ਆ, ਵੋਲਟੇਜ ਆਰ ਐਮ ਐਸ ਮਤਲਬ ਵੀ ਸੀ ਆਰ ਐਮ ਐਸ ਫਾਇੰਡ ਆਊਟ ਕਰਨੀ ਆ, ਠੀਕ ਹੈ। ਐਂਡ ਨੈਕਸਟ ਕੀ ਫਾਇੰਡ ਆਊਟ ਕਰਨਾ, ਇੰਪੀਡੈਂਸ। ਸੋ ਮਤਲਬ ਆਰ ਸੀ ਦੇ ਕੇਸ ਵਿੱਚ ਜਿਹੜਾ ਇੰਪੀਡੈਂਸ ਦਾ ਫਾਰਮੂਲਾ ਆ ਉਹ ਮੈਂ ਫਾਇੰਡ ਆਊਟ ਕਰਨਾ, ਕਲੀਅਰ। ਸੋ ਹੁਣ ਦੇਖੋ ਇਹਨੂੰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਲਿਖਾਂਗੇ ਕਿ ਜਿਹੜੀ ਜਿਹੜੀ ਚੀਜ਼ ਆਪਣੇ ਕੋਲ ਗਿਵਨ ਆ। 1.5 ਮਿਲੀ ਐਂਪੀਅਰ ਆਰ ਐਮ ਐਸ ਮਤਲਬ ਕੀ ਦਿੱਤਾ ਹੋਇਆ, ਅਲਟਰਨੇਟਿੰਗ ਕਰੰਟ, ਦੈਟ ਮੀਨਸ ਆਈ ਆਰ ਐਮ ਐਸ ਦੀ ਵੈਲਿਊ ਦਿੱਤੀ ਹੋਈ ਆ 1.5 ਮਿਲੀ ਐਂਪੀਅਰ। ਹੁਣ ਆਪਾਂ ਨੂੰ ਪਤਾ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਦੋਂ ਵੀ ਆਪਾਂ ਨੂਮੈਰੀਕਲ ਕਰਨਾ ਉਹ ਸਟੈਂਡਰਡ ਯੂਨਿਟਸ ਵਿੱਚ ਕਰੀਦਾ ਹੁੰਦਾ। ਐਸ ਆਈ ਯੂਨਿਟ ਜਿਹੜੀਆਂ ਉਹਦੇ ਪਿੱਛੇ ਲਗਾਈ ਦੀਆਂ ਹੁੰਦੀਆਂ ਉਹ ਕਿਹੜੀਆਂ, ਸਟੈਂਡਰਡ, ਦੈਟ ਮੀਨਸ ਜਿਹੜਾ ਕਰੰਟ ਵਾ ਉਹਦੀ ਸਟੈਂਡਰਡ ਯੂਨਿਟ ਕੀ ਹੁੰਦੀ ਆ, ਐਂਪੀਅਰ। ਬਟ ਇਹ ਕਾਹਦੇ 'ਚ ਆ ਹੁਣ, ਮਿਲੀ ਐਂਪੀਅਰ, ਤਾਂ ਦੈਟ ਮੀਨਸ ਇਹਨੂੰ ਆਪਾਂ ਪਹਿਲਾਂ ਚੇਂਜ ਕਰਾਂਗੇ ਐਂਪੀਅਰ ਦੇ ਵਿੱਚ, ਠੀਕ ਹੈ। ਸੋ ਇਹਨੂੰ ਆਪਾਂ ਚੇਂਜ ਕੀਤਾ 1.5 ਇੰਟੂ 10⁻³⁻³ ਐਂਪੀਅਰ। ਹੁਣ ਜਦੋਂ ਤੁਸੀਂ ਇਹਨੂੰ ਚੇਂਜ ਕਰ ਰਹੇ ਹੋ ਤਾਂ ਨਾਲ ਜ਼ਰੂਰ ਉਹਦਾ ਫਾਰਮੂਲਾ ਜਿਹੜਾ ਤੁਸੀਂ ਲਗਾ ਰਹੇ ਹੋ ਮੈਨਸ਼ਨ ਜ਼ਰੂਰ ਕਰੋ, 1 ਮਿਲੀ ਐਂਪੀਅਰ ਵਿਚ ਇਜ਼ ਇਕੁਅਲ ਟੂ 10⁻³⁻³ ਐਂਪੀਅਰ ਦੇ ਇਕੁਅਲ ਹੁੰਦਾ, ਕਲੀਅਰ। ਨੈਕਸਟ ਨੈਕਸਟ ਕੀ ਦਿੱਤਾ ਹੋਇਆ, ਐਂਗੂਲਰ ਫ੍ਰੀਕੁਐਂਸੀ, ਉਹ ਕੀ ਆ, ਉਮੇਗਾ, ਦੈਟ ਇਜ਼ ਉਮੇਗਾ। ਉਹ ਕੀ ਦਿੱਤੀ ਹੋਈ ਆ, 100 ਰੇਡੀਅਨ, ਉਹ ਤਾਂ ਆਪਾਂ ਨੂੰ ਠੀਕ ਆ, 100 ਰੇਡੀਅਨ ਪਰ ਸੈਕਿੰਡ, ਠੀਕ ਹੈ। ਨੈਕਸਟ ਫਲੋਸ ਥਰੂ ਆ 10 ਕਿਲੋ ਓਮ ਰਜਿਸਟਰ, ਦੈਟ ਮੀਨਸ ਕੀ ਦਿੱਤਾ ਹੋਇਆ ਆਪਾਂ ਨੂੰ, ਆਰ ਦੀ ਵੈਲਿਊ 10 ਕਿਲੋ ਓਮ। ਅਗੇਨ ਆਪਾਂ ਨੂੰ ਹੁਣ ਪਤਾ ਕਿ ਜਿਹੜਾ ਰਜਿਸਟਰ ਆ ਉਹਦੀ ਸਟੈਂਡਰਡ ਐਸ ਆਈ ਯੂਨਿਟ ਕੀ ਹੁੰਦੀ ਆ, ਓਮ, ਦੈਟ ਮੀਨਸ ਇਹ ਵੀ ਕੀ ਦਿੱਤਾ ਹੋਇਆ, ਕਿਲੋ ਓਮ ਦੇ ਵਿੱਚ ਇਹਨੂੰ ਵੀ ਆਪਾਂ ਕੱਚ ਕਨਵਰਟ ਕਰਾਂਗੇ ਸਿੰਪਲ ਓਮ ਦੇ ਵਿੱਚ, ਇਹਦਾ ਵੀ ਆਪਾਂ ਫਾਰਮੂਲਾ ਲਗਾਵਾਂਗੇ, 1 ਕਿਲੋ ਓਮ ਇਜ਼ ਇਕੁਅਲ ਟੂ 10⁻³³ ਓਮ ਦੇ ਇਕੁਅਲ ਹੁੰਦਾ। ਮਤਲਬ 1 ਕਿਲੋ ਓਮ ਆ ਜਿਹੜਾ ਉਹਦਾ ਕਿਹਦੇ ਇਕੁਅਲ ਹੁੰਦਾ, 1000 ਦੇ ਕਹਿ ਸਕਦੇ ਹੋ, ਜਾਂ ਫਿਰ 10⁻³³ ਓਮ ਦੇ ਇਕੁਅਲ ਕਹਿ ਸਕਦੇ ਹੋ। 10 × 10³ ਓਮ, ਬੇਸ ਸੇਮ ਨੇ, ਪਾਵਰਸ ਕੀ ਹੋ ਜਾਣਗੀਆਂ ਐਡ, ਦਿਸ ਮੀਨਸ ਦਿਸ ਵਿਲ ਇਕੁਅਲ ਟੂ 10⁻⁴ ਓਮ, ਠੀਕ। ਨੈਕਸਟ ਆ ਗਿਆ ਕਪੈਸਿਟਰ, ਕਪੈਸਿਟਰ ਕਿੰਨਾ ਦਿੱਤਾ ਹੋਇਆ, ਕਪੈਸਿਟੈਂਸ ਦਿੱਤੀ ਹੋਈ ਹੈ ਕਪੈਸਿਟਰ ਦੀ, ਸੀ ਵਿਚ ਇਜ਼ ਇਕੁਅਲ ਟੂ 0.50 μF, ਠੀਕ ਹੈ, 0.50 μF। ਅਗੇਨ ਆਪਾਂ ਨੂੰ ਪਤਾ ਕਿ ਜਿਹੜੀ ਕਪੈਸਿਟਰ ਆ ਉਹਦੀ ਸਟੈਂਡਰਡ ਹੁੰਦੀ ਹੈ ਫੈਰਡ, ਤੋਂ ਮਾਈਕਰੋਫੈਰਡ ਨੂੰ ਵੀ ਚੇਂਜ ਕਰ ਲਓ, ਵਿਚ ਇਜ਼ ਇਕੁਅਲ ਟੂ 0.50 × 10⁻⁶ ਫੈਰਡ, 1 μF ਹੁੰਦਾ ਵਾ 10⁻⁶ μF ਦੇ। ਸੋ 1 μF 10⁻⁶ ਫੈਰਡ, ਹਮੇਸ਼ਾ ਨਾਲ ਜਿਹੜਾ ਵੀ ਤੁਸੀਂ ਫਾਰਮੂਲਾ ਲਗਾ ਰਹੇ ਹੋ ਉਹਨੂੰ ਲਿਖਣਾ ਜ਼ਰੂਰ ਹੈ, ਠੀਕ ਹੈ। ਹੁਣ ਫਾਇੰਡ ਕੀ ਕਰਨੀ ਆ, ਆਰ ਐਮ ਐਸ ਵੋਲਟੇਜ ਐਂਡ ਇੰਪੀਡੈਂਸ, ਦੈਟ ਮੀਨਸ ਆਪਾਂ ਫਾਇੰਡ ਕੀ ਕਰਨੀ ਆ, ਵੀ ਸੀ ਆਰ ਐਮ ਐਸ ਐਂਡ ਜ਼ੈਡ। ਹੁਣ ਜੇ ਆਪਾਂ ਦੋਨਾਂ ਦੇ ਫਾਰਮੂਲੇਸ ਦੇਖੀਏ, ਵੀ ਸੀ ਆਰ ਐਮ ਐਸ ਦੈਟ ਮੀਨਸ ਇੱਕ ਤਰ੍ਹਾਂ ਦਾ ਈ ਆਰ ਐਮ ਐਸ ਸੀਗੇ, ਸੋ ਮੈਨੂੰ ਪਤਾ ਕਿ ਇਹਦੀ ਆਪਾਂ ਵੈਲਿਊ ਕਿੱਦਾਂ ਫਾਇੰਡ ਆਊਟ ਕਰ ਸਕਦੇ ਹਾਂ,
VCRMS ਦੀ ਵੈਲਿਊ ਹੁੰਦੀ ਆ, ਮਤਲਬ ਜੇ ਆਪਾਂ ERMS ਦੀ ਵੈਲਿਊ ਦੇਖੀਏ ਉਹ ਕੀ ਹੁੰਦੀ ਆ, IRMS, ਮਤਲਬ IRMS ਹੁੰਦਾ ਨਾ ERMS ਡਿਵਾਈਡਡ ਬਾਈ R, ਤਾਂ ERMS ਦੀ ਵੈਲਿਊ ਕਿੰਨੀ ਆ ਗਈ, IRMS ਮਲਟੀਪਲਾਈ R, ਆਹੀ ਚੀਜ਼ ਹੁੰਦੀ ਆ। ਤਾਂ ਹੁਣ ਮੈਨੂੰ RMS ਵੋਲਟੇਜ ਕਹੀ ਹੋਈ ਆ ਅਕਰੋਸ ਦਾ ਕਪੈਸਿਟਰ, ਸੋ ਦੈਟ ਮੀਨਸ ਮੈਂ ਇੱਥੇ ਲਿਖ ਦੂੰਗੀ, ਤਾਂ ਜਿਹੜੇ ਕਪੈਸਿਟਰ ਦੇ ਕੇਸ ਵਿੱਚ ਜਿਹੜਾ ਰੈਜ਼ਿਸਟੈਂਸ ਆ ਕੌਣ ਪ੍ਰੋਵਾਈਡ ਕਰਦਾ, XC, ਸੋ ERMS ਦੈਟ ਇਜ਼ ਇਕੁਅਲਸ ਟੂ IRMS ਇੰਟੂ XC। ERMS ਨੂੰ ਆਪਾਂ ਇੱਥੇ ਇਹ ਵੀ ਲਿਖ ਸਕਦੇ ਹਾਂ VCRMS, ਕਲੀਅਰ। ਸੋ IRMS ਇੰਟੂ XC, ਆਪਾਂ ਇੱਥੋਂ XC ਦੀ ਵੈਲਿਊ ਪੁੱਟ ਕਰਕੇ VRMS ਈਜ਼ਲੀ ਫਾਈਂਡ ਆਊਟ ਕਰ ਸਕਦੇ। ਦੂਸਰਾ ਕੀ ਹੈ Z, ਇੰਪੀਡੈਂਸ। ਸੋ Z ਦੀ ਅਗੇਨ ਆਪਾਂ ਨੂੰ ਪਤਾ ਆ ਵਿਚ ਇਜ਼ ਇਕੁਅਲਸ ਟੂ ਅੰਡਰ ਰੂਟ R ਸਕੇਅਰ ਪਲੱਸ XC ਸਕੇਅਰ, ਇਹ ਚੀਜ਼ ਹੁੰਦੀ ਹੈ। ਸੋ ਹੁਣ ਸਭ ਤੋਂ ਪਹਿਲਾਂ ਆਪਾਂ ਫਾਈਂਡ ਆਊਟ ਕਰਦੇ ਹਾਂ Z ਦੀ ਵੈਲਿਊ, ਕਲੀਅਰ। ਸੋ ਫਸਟ ਵੀ ਫਾਈਂਡ ਇੰਪੀਡੈਂਸ ਵਿਚ ਇਜ਼ ਇਕੁਅਲਸ ਟੂ ਅੰਡਰ ਰੂਟ R ਸਕੇਅਰ ਪਲੱਸ XC ਦੀ ਸਕੇਅਰ। ਤੋ R ਦੀ ਵੈਲਿਊ ਕਿੰਨੀ ਗਿਵਨ ਆ ਆਪਣੇ ਕੋਲ, 10^4 ohm, ਇੱਥੇ ਵੈਲਿਊ ਪੁੱਟ ਕੀਤੀ 10^4 ਪਲੱਸ XC ਦੀ ਵੈਲਿਊ ਤਾਂ ਐਸ ਐਚ ਆਪਾਂ ਨੂੰ ਗਿਵਨ ਨਹੀਂ ਹੈਗੀ, ਬਟ ਆਪਾਂ ਨੂੰ ਕਾਹਦੀ ਵੈਲਿਊ ਦਿੱਤੀ ਹੋਈ ਆ, ਓਮੇਗਾ ਐਂਡ ਫ੍ਰੀਕੁਐਂਸੀ। ਓਮੇਗਾ ਦੀ ਵੈਲਿਊ ਦਿੱਤੀ ਹੋਈ ਆ, ਦੈਟ ਮੀਨਸ ਤੋ ਇੱਥੋਂ ਆਪਾਂ ਐਂਡ ਕਪੈਸਿਟੈਂਸ ਦਿੱਤਾ ਹੋਇਆ, ਤੋ ਉੱਥੋਂ ਆਪਾਂ XC ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। XC ਹੁੰਦਾ ਕਿਹਦੇ ਇਕੁਅਲ ਆ, 1/ωC ਦੀ ਸਕੇਅਰ, ਦੈਟ ਮੀਨਸ ਇਹ ਆ ਗਿਆ 10^4 ਦੀ ਸਕੇਅਰ ਪਲੱਸ 1/ωC, ਦੈਟ ਮੀਨਸ 100, ਇਹ ਆਜੂਗਾ ਨਾ ωC ਦੀ ਸਕੇਅਰ, ਦੈਟ ਮੀਨਸ ωmega ਸਕੇਅਰ ਇੰਟੂ C ਸਕੇਅਰ, 100 ਦੀ ਸਕੇਅਰ ਮਲਟੀਪਲਾਈ C। ਕਪੈਸਿਟੈਂਸ ਕਿੰਨੀ ਆ, 0.50 ਇੰਟੂ 10^-6 ਇਹ ਦੀ ਸਕੇਅਰ, ਠੀਕ ਹੈ, ਕਲੀਅਰ। ਸੋ 100 ਦੀ ਸਕੇਅਰ ਆ ਗਈ 0.50 ਇੰਟੂ 10^-6 ਦੀ ਸਕੇਅਰ, ਅੰਡਰ ਰੂਟ ਚਲਾ ਗਿਆ ਅੱਗੇ ਦਾ। ਸੋ ਤੁਸੀਂ ਇਹਨੂੰ ਸੋਲਵ ਕਰ ਲਓ, ਜਦੋਂ ਤੁਸੀਂ ਇਹਨੂੰ ਪੂਰੇ ਇਹਨੂੰ ਸੋਲਵ ਕਰੋਗੇ, ਸੋਲਵ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਇੰਪੀਡੈਂਸ ਦੀ ਵੈਲਿਊ ਆ ਉਹ ਆ ਜਾਂਦੀ ਆ ਅਪਰੋਕਸੀਮੇਟ 2.23 ਇੰਟੂ 10^4 ਓਮ ਦੇ ਇਕੁਅਲ ਆ, ਠੀਕ ਹੈ। ਸੋ ਇਹ ਅਪਰੋਕਸੀਮੇਟ ਵੈਲਿਊ ਹੁੰਦੀ ਆ, ਇਹਦੇ ਨੇੜੇ ਤੇੜੇ ਵੀ ਆ ਜਾਵੇ ਤਾਂ ਵੀ ਠੀਕ ਆ, ਜਾਂ ਦੈਟ ਮੀਨ ਜੇ ਮੇਰਾ 2.22 ਜਾਂ 2.1 ਤਾਂ ਉਹ ਵੀ ਓਕੇ ਆ। ਤਾਂ ਮੇਰੀ ਇੰਪੀਡੈਂਸ ਦੀ ਵੈਲਿਊ ਆ ਗਈ 2.23 ਇੰਟੂ 10^4 ਓਮ ਦੇ ਇਕੁਅਲ ਆ। ਹੁਣ ਆਪਾਂ ਫਾਈਂਡ ਆਊਟ ਕਰਨੀ ਆ VCRMS ਦੀ ਵੈਲਿਊ। ਸੋ ਨੈਕਸਟ ਆਪਾਂ ਸੈਕਿੰਡ ਫਾਈਂਡ ਆਊਟ ਕਰਦੇ ਹਾਂ VCRMS, ਉਹਦਾ ਫਾਰਮੂਲਾ ਕੀ ਫਾਈਂਡ ਆਊਟ ਕੀਤਾ ਸੀ ਆਪਾਂ, IRMS ਮਲਟੀਪਲਾਈ XC। ਅਗੇਨ XC ਦੀ ਜਗ੍ਹਾ 'ਤੇ ਆਪਾਂ ਕੀ ਉਹਦੀ ਵੈਲਿਊਜ਼ ਪੁੱਟ ਕਰਾਂਗੇ, IRMS ਮਲਟੀਪਲਾਈ 1/ωC ਇੰਟੂ C। ਹੁਣ ਆਪਣੇ ਕੋਲ ਜਿਹੜੀ IRMS ਦੀ ਵੈਲਿਊ ਕਿੰਨੀ ਸੀ, 1.5 mA, ਦੈਟ ਮੀਨਸ 1.5 × 10^-3 A ਆਹੀ ਸੀ, ਠੀਕ ਹੈ। ਮਿਲੀ ਨੂੰ ਚੇਂਜ ਕਰਤਾ ਸੀ 10^-3 ਦੇ ਨਾਲ, ਇੰਟੂ ਓਮੇਗਾ ਦੀ ਵੈਲਿਊ ਕਿੰਨੀ ਆ, 100 ਮਲਟੀਪਲਾਈ C ਦੀ ਵੈਲਿਊ ਕਿੰਨੀ ਆ, ਕਪੈਸਿਟੈਂਸ 0.50 ਇੰਟੂ 10^-6। ਅਗੇਨ ਜਦੋਂ ਤੁਸੀਂ ਇਹਨੂੰ ਕੈਲਕੂਲੇਸ਼ਨ ਸੋਲਵ ਕਰ ਲਉਂਗੇ ਬਾਈ ਯੂਜ਼ਿੰਗ ਦ ਨੂਮੈਰਿਕ ਕੈਲਕੂਲੇਟਰ, ਦੈਨ ਆਪਣੇ ਕੋਲ ਜਿਹੜੀ VCRMS ਦੀ ਵੈਲਿਊ ਉਹ ਆ ਜਾਂਦੀ ਹੈ ਅਪਰੋਕਸੀਮੇਟਲੀ
30 volt. Clear? So VCRMS ਦਾ ਮਤਲਬ ਵੋਲਟ ਦੇ ਵਿੱਚ, ਤਾਂ ਪਿੱਛੇ ਆਪਾਂ ਯੂਨਿਟ ਕਿਹੜੀ ਲਾਣੀ ਆ? ਵੋਲਟ. ਸੋ ਇਹ ਸੀਗਾ ਆਪਣੇ ਕੋਲ ਨੂਮੈਰੀਕਲ ਅਗੇਨ RC ਸਰਕਿਟ ਨਾਲ ਰਿਲੇਟਡ. ਸੋ ਨਾਓ ਹੁਣ ਆਪਣਾ ਨੈਕਸਟ ਟੋਪਿਕ ਹੈਗਾ ਆ, ਆਪਾਂ ਹੁਣ ਕੀ ਕਰਾਂਗੇ, ਕੰਪੈਰੀਜ਼ਨ ਕਰਾਂਗੇ ਬਿਟਵੀਨ AC ਸਰਕਿਟ ਆਫ R, L ਐਂਡ C. ਠੀਕ ਹੈ, ਇਹ ਜਿਹੜਾ ਕੰਪੈਰੀਜ਼ਨ ਆ ਇਹ ਮੈਂ ਇਸ ਲਈ ਕਰਾਉਣਾ ਕਿਉਂਕਿ ਜੇ ਤੁਸੀਂ ਇਹ ਕੰਪੈਰੀਜ਼ਨ ਧਿਆਨ ਨਾਲ ਸਮਝ ਲਓ ਔਰ ਇਹਨੂੰ ਯਾਦ ਕਰ ਲਓ, ਤਾਂ ਤੁਸੀਂ ਈਜ਼ਲੀ ਜਿਹੜੇ ਤਿੰਨੇ ਆਰਟੀਕਲਸ ਵਿੱਚ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ, ਉਹਨਾਂ ਨੂੰ ਹਮੇਸ਼ਾ ਜਿਹੜੇ ਤੁਹਾਨੂੰ ਮਾਇੰਡ ਦੇ ਵਿੱਚ ਜਿਹੜੇ ਹਮੇਸ਼ਾ ਯਾਦ ਰਹਿਣਗੇ. ਠੀਕ ਹੈ, ਸੋ ਇਸ ਕਰਕੇ ਅੱਜ ਆਪਾਂ ਇਹਨਾਂ ਦਾ ਜਿਹੜਾ ਇੱਕ ਕੰਪੈਰੀਜ਼ਨ ਕਰਦੇ ਹਾਂ, R, L ਅਤੇ C, ਮਤਲਬ ਜਿਹੜੇ AC ਸਰਕਿਟ ਆ ਨਾ ਰਜਿਸਟਰ ਨਾਲ, AC ਸਰਕਿਟ ਵਿਦ ਐਨ ਇੰਡਕਟਰ ਔਰ AC ਸਰਕਿਟ ਵਿਦ ਐਨ ਕਪੈਸਿਟਰ. ਕਲੀਅਰ? ਤੋ ਇੱਥੇ ਆਪਾਂ ਲਿਖਦੇ ਹਾਂ R, ਹੇਅਰ ਇਟ ਇਜ਼ L ਐਂਡ ਹੇਅਰ C, ਮਤਲਬ R, L ਅਤੇ C ਤਿੰਨਾਂ ਨਾਲ ਆਪਾਂ ਕਰਦੇ ਹਾਂ. ਸੋ ਸਭ ਤੋਂ ਪਹਿਲਾਂ ਆ ਜਾਂਦਾ R. ਇਹ ਆਪਾਂ ਨੂੰ ਪਤਾ ਜਿਹੜਾ ਇਹ ਸਰਕਿਟ ਹੁੰਦਾ ਵਾ ਵਿਦ R ਦੇ ਨਾਲ, ਇਹ ਕੀ ਹੁੰਦਾ ਵਾ, ਫਸਟ ਪੁਆਇੰਟ ਆ ਜਾਂਦਾ ਪਿਓਰਲੀ ਰਜਿਸਟਿਵ ਸਰਕਿਟ, ਕਿ ਜਿਹੜਾ ਮੇਰੇ ਕੋਲ AC ਸਰਕਿਟ ਆ ਵਿਦ R ਦੇ ਨਾਲ ਉਹ ਕੀ ਹੁੰਦਾ ਵਾ, ਪਿਓਰਲੀ ਰਜਿਸਟਿਵ AC ਸਰਕਿਟ ਹੁੰਦਾ ਵਾ. ਤੁਸੀਂ ਚਾਹੇ ਇਹਦੇ ਨਾਲ ਲਿਖ ਵੀ ਲਓ, ਇੱਥੇ ਇਕੱਲਾ R ਪਾਉਣ ਦੀ ਬਜਾਏ ਤੁਸੀਂ ਇਹਦੇ ਨਾਲ ਐਵੇਂ ਵੀ ਲਿਖ ਲਓ, AC ਸਰਕਿਟ ਵਿਦ R, ਔਰ ਇਹਦੇ 'ਚ ਵੀ ਲਿਖ ਲਓ AC ਸਰਕਿਟ ਵਿਦ L, ਔਰ AC ਸਰਕਿਟ ਵਿਦ C. ਕਲੀਅਰ? ਸੋ ਇਹ ਆਪਾਂ ਨੂੰ ਪਤਾ ਪਿਓਰਲੀ ਰਜਿਸਟਿਵ ਸਰਕਿਟ ਹੁੰਦਾ, ਇਹ 'ਚ ਇਕੱਲਾ ਕੀ ਲੱਗਾ ਹੁੰਦਾ R, ਔਰ L ਦੇ ਕੇਸ ਵਿੱਚ L ਇਜ਼ ਕਾਲਡ ਇੰਡਕਟਰ. ਸੋ ਇਹ ਕੀ ਹੁੰਦਾ ਆਪਣੇ ਕੋਲ, ਪਿਓਰਲੀ ਇੰਡਕਟਿਵ ਸਰਕਿਟ. ਠੀਕ ਹੈ, ਔਰ ਇਹਦੇ ਵਿੱਚ ਕੀ ਲੱਗਿਆ ਹੁੰਦਾ, ਕਪੈਸਿਟਰ, ਔਰ ਉਹ ਕੀ ਹੁੰਦਾ, ਪਿਓਰਲੀ ਕਪੈਸਿਟਿਵ ਸਰਕਿਟ ਵੀ ਉਹਨੂੰ ਆਪਾਂ ਕਹਿ ਦਿੰਦੇ ਹਾਂ. ਸਰਕਿਟ, ਠੀਕ ਹੈ. ਨੈਕਸਟ ਸੈਕਿੰਡ ਪੁਆਇੰਟ, ਕਿ ਇਸ ਕੇਸ ਦੇ ਵਿੱਚ ਜਦੋਂ R ਦਾ ਆਪਾਂ AC ਸਰਕਿਟ ਵਿਦ R ਨਾਲ ਕਰਦੇ ਹਾਂ, ਉਹਦੇ ਵਿੱਚ ਆਪਣੇ ਕੋਲ EMF ਦੀ ਵੈਲਿਊ ਕੀ ਹੁੰਦੀ ਆ, E0 ਸਾਈਨ ਓਮੇਗਾ ਟੀ, ਔਰ ਇਹਦੇ ਵਿਦ ਰਿਸਪੈਕਟ ਟੂ EMF ਦੇ ਵਿਦ ਰਿਸਪੈਕਟ ਜਿਹੜੇ ਆਪਣੇ ਕੋਲ ਕਰੰਟ ਦੀ ਵੈਲਿਊ ਆਉਂਦੀ ਹੈ, ਅਲਟਰਨੇਟਿੰਗ ਕਰੰਟ ਦੀ, ਉਹ ਕੀ ਆਉਂਦੀ ਆ, I, ਦੈਟ ਇਜ਼ I0 ਸਾਈਨ ਓਮੇਗਾ ਟੀ. ਠੀਕ ਹੈ, ਇੱਕ ਕੰਪੈਰੀਜ਼ਨ ਕਰ ਰਹੇ ਹਾਂ ਆਪਾਂ, ਇਹ ਯਾਦ ਰੱਖਣ ਦਾ ਤਰੀਕਾ ਵੀ ਤਿੰਨਾਂ ਨੂੰ ਆਪਾਂ ਸਾਈਮਲਟੇਨੀਅਸਲੀ ਜੇ ਆਪਾਂ ਕੰਪੈਰੀਜ਼ਨ ਕਰਕੇ ਯਾਦ ਰੱਖਾਂਗੇ ਤਾਂ ਹਮੇਸ਼ਾ ਆਪਾਂ ਨੂੰ ਯਾਦ ਰਹਿਣਗੇ. ਠੀਕ ਹੈ, ਕਨਸੈਪਟ ਵੀ ਕਲੀਅਰ ਹੋ ਜਾਂਦੇ ਆ. ਸੋ ਇਸ ਕੇਸ ਵਿੱਚ ਆਹ ਹੁੰਦਾ, ਇਹਦੇ ਵਿੱਚ ਜਿਹੜੀ ਆਪਣੇ ਕੋਲ EMF ਦੀ ਵੈਲਿਊ ਕੀ ਹੁੰਦੀ ਆ, E0 ਸਾਈਨ ਓਮੇਗਾ ਟੀ, ਔਰ I ਦੀ ਵੈਲਿਊ ਕੀ ਹੁੰਦੀ ਆ, I0 ਸਾਈਨ ਓਮੇਗਾ ਟੀ ਮਾਈਨਸ π/2. ਕਲੀਅਰ? ਨੈਕਸਟ ਇਸ ਕੇਸ ਵਿੱਚ ਜਿਹੜੀ ਆਪਣੇ ਕੋਲ E ਦੀ ਵੈਲਿਊ ਆ ਉਹ ਕੀ ਹੁੰਦੀ ਆ, E0 ਸਾਈਨ ਓਮੇਗਾ ਟੀ, ਐਂਡ I ਦੀ ਵੈਲਿਊ ਕੀ ਹੁੰਦੀ ਆ, I0 ਸਾਈਨ ਓਮੇਗਾ ਟੀ ਪਲੱਸ π/2. ਸੋ ਇਹਦੇ ਤੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ, ਕਿ ਇਸ ਕੇਸ ਦੇ ਵਿੱਚ ਜਿਹੜਾ ਕਰੰਟ ਔਰ ਵੋਲਟੇਜ ਆ ਦੋਨੇ ਕੀ ਹੁੰਦੇ ਆ, ਸੇਮ ਫੇਸ ਦੇ ਵਿੱਚ, ਕਿਉਂਕਿ ਦੋਨਾਂ ਵਿੱਚ ਐਂਗਲ ਕੀ ਆ, ਸੇਮ. ਤੋ ਇਹਦੇ ਵਿੱਚ ਜਿਹੜਾ ਐਂਗਲ ਦੋਨਾਂ ਵਿੱਚ ਕੀ ਹੋ ਜਾਂਦਾ, 0, ਕੋਈ ਐਂਗਲ ਨਹੀਂ ਹੁੰਦਾ, ਮਤਲਬ ਜਿਹੜੇ ਆਪਣੇ ਕੋਲ EMF ਤੇ I ਆ ਉਹ ਕੀ ਹੁੰਦੇ ਆ ਆਪਣੇ ਕੋਲ, ਸੇਮ ਫੇਸਿਸ. ਇਹ ਤੋਂ ਕੀ ਪਤਾ ਲੱਗ ਰਿਹਾ, ਕਿ I ਆ ਜਿਹੜਾ ਕਰੰਟ ਕੀ ਕਰ ਰਿਹਾ, ਉਹ ਲੈਗ ਬਿਹਾਈਂਡ ਕਰ ਰਿਹਾ ਆ
ਵੋਲਟੇਜ ਤੋਂ ਬਾਏ ਐਨ ਐਂਗਲ ਪਾਈ ਬਾਏ ਟੂ, ਐਂਡ ਇੱਥੋਂ ਕਿ ਜਿਹੜਾ ਆਪਣੇ ਕੋਲ ਕਰੰਟ ਵਾ ਉਹ ਕੀ ਕਰ ਰਿਹਾ, ਲੀਡ ਕਰ ਰਿਹਾ ਹੈ ਈ ਐਮ ਐਫ ਤੋਂ ਬਾਏ ਐਨ ਐਂਗਲ ਪਾਈ ਬਾਏ ਟੂ। ਸੋ ਇਹਦੇ ਵਿੱਚ ਕੀ ਪਤਾ ਲੱਗ ਗਿਆ, ਥਰਡ ਪੁਆਇੰਟ, ਬੋਥ ਈ ਐਂਡ ਆਈ ਆਰ ਇਨ ਸੇਮ ਫੇਸ, ਕਿ ਜਿਹੜੇ ਦੋਨੇ ਈ ਅਤੇ ਆਈ ਆ ਉਹ ਕੀ ਹੁੰਦੇ ਆ ਆਪਣੇ ਕੋਲ ਸੇਮ ਫੇਸ ਵਿੱਚ ਹੁੰਦੇ ਆ। ਇੱਥੋਂ ਕਰੰਟ ਆ ਜਿਹੜਾ ਕੀ ਕਰਦਾ ਆ ਇਸ ਕੇਸ ਵਿੱਚ, ਲੈਗਸ ਬਿਹਾਈਂਡ ਦਾ ਵੋਲਟੇਜ, ਲੈਗਸ ਬਿਹਾਈਂਡ ਕਰਦਾ ਵੋਲਟੇਜ ਨੂੰ ਬਾਏ ਪਾਈ ਬਾਏ ਟੂ ਰੇਡੀਅਨ, ਪਾਈ ਬਾਏ ਟੂ ਰੇਡੀਅਨ ਨਾਲ ਕੀ ਕਰਦਾ ਲੈਗਸ ਬਿਹਾਈਂਡ ਕਰਦਾ। ਇਹਦੇ ਵਿੱਚ ਕੀ ਪਤਾ ਲੱਗ ਰਿਹਾ ਆਪਣੇ ਕੋਲ, ਕਿ ਜਿਹੜਾ ਮੇਰੇ ਕੋਲ ਕਰੰਟ ਆ ਉਹ ਕੀ ਕਰ ਰਿਹਾ, ਲੀਡ ਕਰ ਰਿਹਾ ਦਾ ਵੋਲਟੇਜ ਬਾਏ ਪਾਈ ਬਾਏ ਟੂ ਰੇਡੀਅਨ। ਕਲੀਅਰ? ਇੱਥੋਂ ਆਹ ਚੀਜ਼ਾਂ ਮਤਲਬ ਧਿਆਨ ਨਾਲ ਆਪਾਂ ਨੂੰ ਇੱਥੋਂ ਸਮਝ ਲੱਗ ਰਿਹਾ ਸਾਰਾ, ਕਿ ਕਿਹਦੇ ਵਿੱਚ ਲੀਡ ਕਰ ਰਿਹਾ, ਕਿਹਦੇ ਵਿੱਚ ਲੈਗ ਕਰ ਰਿਹਾ, ਕਿਹਦੇ ਵਿੱਚ ਸੇਮ ਫੇਸ ਦੇ ਵਿੱਚ। ਨੈਕਸਟ, ਇਹਨਾਂ ਦਾ ਫੇਸਰ ਡਾਇਗਰਾਮ ਕਿੱਦਾਂ ਹੁੰਦਾ, ਇਹਨਾਂ ਨੂੰ ਦੇਖ ਕੇ ਜੇ ਆਪਾਂ ਇਹਨਾਂ ਦਾ ਫੇਸਰ ਡਾਇਗਰਾਮ ਪਲੋਟ ਕਰੀਏ ਬਿਟਵੀਨ ਈ ਐਂਡ ਆਈ ਦੇ ਵਿੱਚ, ਇੱਧਰ ਵਾਲੇ ਪਾਸੇ ਹੁੰਦਾ ਓਮੇਗਾ ਟੀ ਔਰ ਇੱਧਰ ਹੁੰਦਾ ਮੇਰੇ ਕੋਲ ਈ ਅਤੇ ਆਈ ਦੇ ਵੈਲਿਊਸ, ਇਹ ਹੋ ਗਈ ਈ ਨੋਟ। ਔਰ ਕਿਉਂਕਿ ਸੇਮ ਫੇਸ ਦੇ ਵਿੱਚ ਆ ਮਤਲਬ ਸੇਮ ਅਤੇ ਹੀ ਐਂਗਲ ਨੂੰ ਕੀ ਕਰਨਗੇ ਆਪਣੀ ਮਿਨੀਮਮ ਮੈਕਸੀਮਮ ਔਰ ਜਿਹੜੀਆਂ ਜੀਰੋ ਵੈਲਿਊਸ ਆ ਉਹ ਕੀ ਆਉਣਗੀਆਂ ਸੇਮ ਐਂਗਲ 'ਤੇ ਸ਼ੋਅ ਕਰਨਗੇ। ਦੈਟ ਮੀਨਸ ਹੇਅਰ ਇਟ ਇਜ਼ ਪਾਈ ਬਾਏ ਟੂ, ਪਾਈ, ਥ੍ਰੀ ਪਾਈ ਬਾਏ ਟੂ ਐਂਡ ਟੂ ਪਾਈ, ਆਹ ਹੈਗੀ ਹੈ ਈ ਐਮ ਐਫ ਦੀ ਔਰ ਇਹ ਹੈਗੀ ਆਪਣੇ ਕੋਲ ਕਰੰਟ ਨੂੰ ਡਿਨੋਟ ਕਰ ਰਹੀ ਹੈ। ਠੀਕ ਹੈ, ਸੋ ਇੱਥੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਕਿ ਦੋਨੇ ਸੇਮ ਫੇਸ ਵਿੱਚ ਆ, ਮਤਲਬ ਪਾਈ ਬਾਏ ਟੂ 'ਤੇ ਜੇ ਆਪਣਾ ਈ ਐਮ ਐਫ ਪੀਕ ਵੈਲਿਊ ਸ਼ੋਅ ਕਰ ਰਿਹਾ ਅਤੇ ਜਿਹੜਾ ਕਰੰਟ ਆ ਸੇਮ ਹੀ ਕੇਸ ਵਿੱਚ ਕੀ ਕਰ ਰਿਹਾ ਆਪਣੀ ਪੀਕ ਵੈਲਿਊ, ਪਾਈ 'ਤੇ ਆਪਣੇ ਫਸਟ ਹਾਫ ਸਾਈਕਲ ਕੰਪਲੀਟ ਕਰ ਰਿਹਾ ਦੈਨ ਕਰੰਟ ਆਲਸੋ ਜਿਹੜਾ ਆਪਣਾ ਫਸਟ ਹਾਫ ਸਾਈਕਲ ਪਾਈ ਐਂਗਲ 'ਤੇ ਕੰਪਲੀਟ ਕਰ ਰਿਹਾ। ਤਾਂ ਇੱਥੋਂ ਪਤਾ ਲੱਗ ਗਿਆ ਸੇਮ ਫੇਸ 'ਚ ਮਤਲਬ ਇਹਨਾਂ ਦਾ ਫੇਸ ਡਾਇਗਰਾਮ ਕੀ ਹੁੰਦਾ ਇਸ ਤਰ੍ਹਾਂ ਦਾ ਹੁੰਦਾ। ਨੈਕਸਟ, ਇਸ ਕੇਸ ਵਿੱਚ ਕਰੰਟ ਕੀ ਕਰੂਗਾ, ਲੈਗ ਬਿਹਾਈਂਡ। ਸੋ ਇਸ ਕੇਸ ਵਿੱਚ ਜਿਹੜਾ ਮੇਰੇ ਕੋਲ ਫੇਸਰ ਡਾਇਗਰਾਮ ਆ ਉਹ ਕੀ ਆਉਂਦਾ, ਲੈਗ ਬਿਹਾਈਂਡ ਕਰ ਰਿਹਾ ਮਤਲਬ ਪਾਈ ਬਾਏ ਟੂ ਨੀਚੋ ਸਟਾਰਟ ਹੋਣਾ ਇਹਨੇ, ਇੱਥੇ ਪਾਈ ਬਾਏ ਟੂ ਆ, ਫਿਰ ਇਟ ਇਜ਼ ਪਾਈ, ਥ੍ਰੀ ਪਾਈ ਬਾਏ ਟੂ ਐਂਡ ਦੈਨ ਅਗੇਨ ਟੂ ਪਾਈ, ਆ ਹੈਗੀ ਹੈ ਈ ਦੀ ਵੈਲਿਊ, ਈ ਐਮ ਐਫ, ਆਈ, ਈ ਨੋਟ। ਸੋ ਇਹਨੇ ਇੱਦਾਂ ਜਾਂਦਾ ਕਰੰਟ ਆ ਜਿਹੜਾ ਉਹ ਇੱਦਾਂ, ਮਤਲਬ ਪਾਈ ਬਾਏ ਟੂ 'ਤੇ ਜਦੋਂ ਆਪਣੇ ਕੋਲ ਈ ਐਮ ਐਫ ਆ ਜਿਹੜੀ ਉਹ ਆਪਣੀ ਪੀਕ ਵੈਲਿਊ ਸ਼ੋਅ ਕਰ ਚੁੱਕਾ ਹੁੰਦਾ ਤਾਂ ਉਸ ਟਾਈਮ 'ਤੇ ਪਾਈ ਬਾਏ ਟੂ 'ਤੇ ਇਹ ਹਜੇ ਆਪਣੀ ਹਾਫ ਹੀ ਵੈਲਿਊ ਇਹਨੇ ਸ਼ੋਅ ਕਰਦਾ ਕਰੰਟ। ਠੀਕ ਹੈ, ਸੋ ਇਸ ਕੇਸ ਵਿੱਚ ਜਿਹੜਾ ਆਪਣੇ ਕੋਲ ਕਰੰਟ ਕੀ ਕਰ ਰਿਹਾ, ਲੈਗ ਬਿਹਾਈਂਡ, ਫੇਸਰ ਡਾਇਗਰਾਮ ਜਿਹੜਾ ਇਸ ਤਰ੍ਹਾਂ ਦਾ ਹੁੰਦਾ। ਹੁਣ ਇਸ ਕੇਸ ਦੇ ਵਿੱਚ ਕਪੈਸਿਟਰ ਦੇ ਕੇਸ ਵਿੱਚ ਜਿਹੜਾ ਆਪਣੇ ਕੋਲ ਕਰੰਟ ਆ ਉਹ ਕੀ ਕਰ ਰਿਹਾ, ਲੀਡ ਕਰ ਰਿਹਾ। ਸੋ ਇਸ ਕੇਸ ਵਿੱਚ ਜਿਹੜਾ ਫੇਸਰ ਡਾਇਗਰਾਮ ਆ ਉਹ ਕਿੱਦਾਂ ਬਣਦਾ, ਲੀਡ ਕਰ ਰਿਹਾ ਦੈਟ ਮੀਨਸ ਦੈਟ ਇਜ਼ ਈ ਨੋਟ, ਪਾਈ ਬਾਏ ਟੂ, ਪਾਈ, ਥ੍ਰੀ ਪਾਈ ਬਾਏ ਟੂ ਦੈਟ ਇਜ਼ ਟੂ ਪਾਈ। ਸੋ ਜਿਹੜਾ ਮੇਰੇ ਕੋਲ ਆਊਗਾ ਕਰੰਟ ਲੀਡ ਕਰ ਰਿਹਾ ਮਤਲਬ ਆਪਣੀ ਸਟਾਰਟ ਹੀ ਜਿਹੜਾ ਉਹ ਆਪਣੇ ਕਰੂਗਾ ਮੈਕਸੀਮਮ ਵੈਲਿਊ ਤੋਂ ਸਟਾਰਟ ਕਰੂਗਾ, ਦੈਟ ਮੀਨਸ ਇੱਥੋਂ
ਇੱਦਾਂ ਜਿਹੜੀ ਕਰੰਟ ਦੀ ਵੇਰੀਏਸ਼ਨ ਆ ਉਹ ਇੱਦਾਂ ਹੁੰਦੀ ਆ, ਮਤਲਬ ਕਿ ਇਸ ਕੇਸ ਦੇ ਵਿੱਚ ਕਰੰਟ ਕਿਉਂਕਿ ਲੀਡ ਕਰ ਰਿਹਾ ਆਪਣੀ ਪਾਈ ਬਾਈ ਟੂ ਰੇਡੀਅਨ ਦੇ ਨਾਲ ਈ ਐਮ ਐਫ ਤੋਂ, ਤੋ ਜਿੱਥੇ ਤਾਂ ਪਾਈ ਬਾਈ ਟੂ 'ਤੇ ਉਹ ਆਪਣੀ ਇੱਕ ਮਤਲਬ ਪੀਕ ਵੈਲਿਊ 'ਤੇ ਪਹੁੰਚਦਾ, ਉੱਥੇ ਹੀ ਆਪਣੀ ਪੀਕ ਵੈਲਿਊ ਤੋਂ ਹੀ ਸਟਾਰਟ ਕਰਦਾ, ਜ਼ੀਰੋ 'ਤੇ ਹੀ ਆਪਣੀ ਪੀਕ ਵੈਲਿਊ ਤੋਂ ਸਟਾਰਟ ਕਰਦਾ, ਔਰ ਪਾਈ 'ਤੇ ਇਹ ਆਪਣੀ ਫਸਟ ਹਾਫ ਸਾਈਕਲ ਦੀ ਮਤਲਬ ਇੱਕ ਹਾਫ ਫਸਟ ਹਾਫ ਸਾਈਕਲ ਕੰਪਲੀਟ ਕਰਦਾ, ਔਰ ਇਹ ਆਪਣੀ ਸੈਕਿੰਡ ਹਾਫ ਸਾਈਕਲ ਦੀ ਪੀਕ ਵੈਲਿਊ ਸ਼ੋ ਕਰਦਾ। ਸੋ ਇਹ ਸੀਗਾ ਇਹਨਾਂ 'ਚ ਫੇਸਰ ਡਾਇਗ੍ਰਾਮ 'ਚ ਰਿਲੇਸ਼ਨ। ਨੈਕਸਟ ਆ ਜਾਂਦਾ ਇਹਦੇ ਵਿੱਚ ਜਿਹੜਾ ਰੈਜ਼ਿਸਟੈਂਸ ਆ ਉਹ ਪ੍ਰੋਵਾਈਡ ਕੀਤਾ ਜਾਂਦਾ ਬਾਏ ਆਰ ਦੇ ਦੁਆਰਾ, ਕਿਉਂਕਿ ਜਦੋਂ ਆਪਾਂ ਏਸੀ ਸਰਕਿਟ ਵਿਦ ਰੈਜ਼ਿਸਟਰ ਆਰ ਦੇ ਨਾਲ ਲੈ ਰਹੇ ਹਾਂ, ਤਾਂ ਉਹਦੇ ਵਿੱਚ ਇਕੱਲਾ ਜਿਹੜਾ ਰੈਜ਼ਿਸਟੈਂਸ ਕੌਣ ਪ੍ਰੋਵਾਈਡ ਕਰਦਾ ਆਪਣੇ ਕੋਲ, ਰੈਜ਼ਿਸਟਰ ਜਿਹੜਾ ਲੱਗਾ ਹੁੰਦਾ। ਸੋ ਇਸ ਕੇਸ ਵਿੱਚ ਜਿਹੜਾ ਆਪਣੇ ਕੋਲ ਰੈਜ਼ਿਸਟੈਂਸ ਆ ਪ੍ਰੋਵਾਈਡਿਡ ਬਾਏ ਆਰ। ਔਰ ਐਲ ਦੇ ਕੇਸ ਵਿੱਚ ਆਪਾਂ ਨੂੰ ਪਤਾ ਕਿ ਜਿਹੜਾ ਰੈਜ਼ਿਸਟੈਂਸ ਆ ਉਹ ਕੌਣ ਪ੍ਰੋਵਾਈਡ ਕਰਦਾ, ਮਤਲਬ ਇਸ ਕੇਸ ਵਿੱਚ ਜਿਹੜਾ ਆਪਣੇ ਕੋਲ ਰੈਜ਼ਿਸਟੈਂਸ ਆ ਉਹ ਕਿਹੜਾ ਹੁੰਦਾ, ਇੰਡਕਟਿਵ ਰਿਐਕਟੈਂਸ ਦੈਟ ਇਜ਼ ਐਕਸ ਐਲ। ਮਤਲਬ ਜਿਹੜਾ ਇੰਡਕਟਰ ਆ ਉਹ ਆਪਣੀ ਰੈਜ਼ਿਸਟੈਂਸ ਪ੍ਰੋਵਾਈਡ ਕਰਦਾ ਸਰਕਿਟ ਨੂੰ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਇੰਡਕਟਿਵ ਰਿਐਕਟੈਂਸ। ਮਤਲਬ ਕਿ ਇਸ ਕੇਸ ਵਿੱਚ ਜਿਹੜਾ ਰੈਜ਼ਿਸਟੈਂਸ ਆ ਰੈਜ਼ਿਸਟੈਂਸ ਪ੍ਰੋਵਾਈਡਿਡ ਬਾਏ ਕੌਣ ਪ੍ਰੋਵਾਈਡ ਕਰਦਾ, ਐਲ ਵਿਚ ਇਜ ਕਾਲਡ ਇੰਡਕਟਿਵ ਰਿਐਕਟੈਂਸ, ਜਿਹਨੂੰ ਆਪਾਂ ਕਿਹਦੇ ਨਾਲ ਡਿਨੋਟ ਕਰਦੇ ਹਾਂ ਐਕਸ ਐਲ ਦੇ ਨਾਲ। ਔਰ ਐਕਸ ਐਲ ਦੀ ਵੈਲਿਊ ਜਿਹੜੀ ਉਹ ਕੀ ਹੁੰਦੀ ਆ ਆਪਣੇ ਕੋਲ, ਓਮੇਗਾ ਐਲ। ਕਲੀਅਰ? ਔਰ ਇਸ ਕੇਸ ਦੇ ਵਿੱਚ ਜਿਹੜਾ ਆਪਣੇ ਕੋਲ ਰੈਜ਼ਿਸਟੈਂਸ ਆ ਉਹ ਪ੍ਰੋਵਾਈਡ ਕੀਤਾ ਜਾਂਦਾ ਬਾਏ ਕਪੈਸਿਟਰ ਦੇ ਦੁਆਰਾ। ਪ੍ਰੋਵਾਈਡਿਡ ਬਾਏ ਕਪੈਸਿਟਰ ਸੀ ਮਤਲਬ ਵਿਚ ਇਜ ਕਾਲਡ ਕਪੈਸਿਟਿਵ ਰਿਐਕਟੈਂਸ। ਕਲੀਅਰ? ਜਿਹਨੂੰ ਆਪਾਂ ਡਿਨੋਟ ਕਰਦੇ ਹਾਂ ਐਕਸ ਸੀ ਦੇ ਨਾਲ, ਔਰ ਐਕਸ ਸੀ ਦੀ ਵੈਲਿਊ ਕਿੰਨੀ ਹੁੰਦੀ ਹੈ, 1 ਬਾਏ ਓਮੇਗਾ ਸੀ। ਠੀਕ ਹੈ, ਕਲੀਅਰ? ਹੁਣ ਆ ਗਏ ਨੈਕਸਟ। ਜਿਹੜਾ ਰੈਜ਼ਿਸਟੈਂਸ ਆ ਉਹ ਮਤਲਬ ਏਸੀ ਸਰਕਿਟ ਵਿਦ ਰੈਜ਼ਿਸਟਰ ਆਰ ਆ ਉਹ ਜਿਹੜਾ ਵਾ ਫ੍ਰੀਕੁਐਂਸੀ 'ਤੇ ਬਿਲਕੁਲ ਵੀ ਡਿਪੈਂਡ ਨਹੀਂ ਕਰਦਾ। 6th ਡਿਫਰੈਂਸ ਆ ਗਿਆ, ਇਟ ਡਜ਼ ਨਾਟ ਡਿਪੈਂਡ ਔਨ ਫ੍ਰੀਕੁਐਂਸੀ। ਠੀਕ ਹੈ, ਐਫ 'ਤੇ ਇਹ ਬਿਲਕੁਲ ਵੀ ਡਿਪੈਂਡ ਨਹੀਂ ਕਰਦਾ। ਜਿਹੜਾ ਇਹ ਆ ਐਕਸ ਐਲ ਦੀ ਆਪਾਂ ਨੂੰ ਵੈਲਿਊ ਪਤਾ, ਦੈਟ ਇਜ਼ ਓਮੇਗਾ ਇਨ ਟੂ ਐਲ। ਓਮੇਗਾ ਮਤਲਬ ਓਮੇਗਾ ਦੀ ਵੈਲਿਊ ਕਿੰਨੀ ਹੁੰਦੀ ਆ, 2 ਪਾਈ ਐਫ। ਮਤਲਬ ਕਿ ਜਿਹੜਾ ਐਕਸ ਐਲ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਗਿਆ ਫ੍ਰੀਕੁਐਂਸੀ ਦੇ, ਦੈਟ ਮੀਨਸ ਇਟ ਡਸ ਡਿਪੈਂਡ ਔਨ ਮਤਲਬ ਇਟ ਡਿਪੈਂਡਸ ਔਨ ਫ੍ਰੀਕੁਐਂਸੀ ਐਫ। ਸੋ ਇਟ ਡਿਪੈਂਡਸ ਔਨ ਫ੍ਰੀਕੁਐਂਸੀ, ਦੈਟ ਇਜ਼ ਐਕਸ ਐਲ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫ੍ਰੀਕੁਐਂਸੀ। ਨੈਕਸਟ ਆ ਗਿਆ, ਇਸ ਕੇਸ ਦੇ ਵਿੱਚ ਵੀ ਆਪਾਂ ਨੂੰ ਪਤਾ ਓਮੇਗਾ, ਦੈਟ ਇਜ਼ ਅਗੇਨ 2 ਪਾਈ ਐਫ। ਠੀਕ ਹੈ, ਸੋ ਜਿਹੜਾ ਆਪਣੇ ਕੋਲ ਇਸ ਕੇਸ ਦੇ ਵਿੱਚ ਜਿਹੜਾ ਆਪਣੇ ਕੋਲ ਇੰਡਕਟਿਵ ਰਿਐਕਟ ਸੋਰੀ ਕਪੈਸਿਟਿਵ ਰਿਐਕਟੈਂਸ ਆ ਇਹ ਵੀ ਕਿੱਥੇ ਡਿਪੈਂਡ ਕਰਦਾ, ਫ੍ਰੀਕੁਐਂਸੀ 'ਤੇ। ਸੋ ਇਟ ਆਲਸੋ ਡਿਪੈਂਡਸ ਔਨ ਫ੍ਰੀਕੁਐਂਸੀ।
ਦੈਟ ਇਜ਼ ਐਕਸ ਸੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਫ੍ਰੀਕੁਐਂਸੀ ਐਫ। ਨੈਕਸਟ ਆ ਗਿਆ 7 ਕਿ ਜਿਹੜਾ ਰਜ਼ਿਸਟੈਂਸ ਆ ਉਹ ਏ ਸੀ ਔਰ ਡੀ ਸੀ ਦੋਨਾਂ ਨੂੰ ਹੀ ਅਪੋਜ਼ ਕਰਦਾ। ਰਜ਼ਿਸਟੈਂਸ ਅਪੋਜ਼ ਏ ਸੀ ਐਂਡ ਡੀ ਸੀ, ਮਤਲਬ ਕਿ ਜਿਹੜਾ ਰਜ਼ਿਸਟੈਂਸ ਆ ਉਹ ਦੋਨਾਂ ਨੂੰ ਅਪੋਜ਼ ਕਰੂਗਾ, ਏ ਸੀ ਨੂੰ ਵੀ ਕਰਦਾ ਵਾ, ਡੀ ਸੀ ਨੂੰ ਵੀ ਕਰਦਾ ਵਾ। ਬਟ ਇਸ ਕੇਸ ਦੇ ਵਿੱਚ ਜਿਹੜਾ ਆਪਾਂ ਦੇਖੀਏ ਐਕਸਲ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਫ੍ਰੀਕੁਐਂਸੀ ਦੇ, ਮਤਲਬ ਕਿ ਜਿਹੜਾ ਇੰਡਕਟਰ ਆ ਉਹ ਕੀ ਕਰਦਾ ਵਾ ਜਿਹੜਾ ਏ ਸੀ ਆ ਉਹਨੂੰ ਅਪੋਜ਼ ਕਰੂਗਾ। ਬਟ ਡੀ ਸੀ ਦੇ ਕੇਸ ਵਿੱਚ ਜਿਹੜੀ ਫ੍ਰੀਕੁਐਂਸੀ ਕੀ ਹੋ ਜਾਂਦੀ ਆ ਜ਼ੀਰੋ, ਫ੍ਰੀਕੁਐਂਸੀ ਜ਼ੀਰੋ ਹੋਣ ਦੇ ਨਾਲ ਜਿਹੜਾ ਐਕਸਲ ਆ ਉਹ ਵੀ ਕੀ ਹੋ ਜਾਂਦਾ ਜ਼ੀਰੋ, ਮਤਲਬ ਕਿ ਡਾਇਰੈਕਟ ਕਰੰਟ ਦੇ ਕੇਸ ਵਿੱਚ ਜਿਹੜੇ ਐਕਸਲ ਦੀ ਵੈਲਿਊ ਕੀ ਹੋ ਜਾਂਦੀ ਹੈ ਜ਼ੀਰੋ ਹੋ ਜਾਂਦੀ ਆ। ਸੋ ਇਸ ਕਰਕੇ ਇਹ ਕੀ ਕਰਦਾ ਡਾਇਰੈਕਟ ਕਰੰਟ ਨੂੰ ਕੀ ਕਰਦਾ ਅਲਾਓ ਕਰਦਾ, ਮਤਲਬ ਜਿਹੜਾ ਇੰਡਕਟਰ ਆ ਇਟ ਅਲਾਓ ਡੀ ਸੀ ਬਟ ਅਪੋਜ਼ ਏ ਸੀ, ਮਤਲਬ ਇਹ ਡੀ ਸੀ ਨੂੰ ਤਾਂ ਅਲਾਓ ਕਰੂਗਾ ਇੰਡਕਟਰ ਬਟ ਏ ਸੀ ਨੂੰ ਕੀ ਕਰਦਾ ਇਹ ਥੋੜ੍ਹਾ ਜਿਹਾ ਅਪੋਜ਼ ਕਰਦਾ ਡਿਊ ਟੂ ਐਕਸਲ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫ੍ਰੀਕੁਐਂਸੀ। ਨੈਕਸਟ ਇਸ ਕੇਸ ਦੇ ਵਿੱਚ, ਹੁਣ ਇਸ ਕੇਸ ਦੇ ਵਿੱਚ ਵੀ ਫ੍ਰੀਕੁਐਂਸੀ ਕੀ ਆ ਇਨਵਰਸਲੀ ਪ੍ਰੋਪੋਰਸ਼ਨਲ, ਮਤਲਬ ਏ ਸੀ ਦੇ ਕੇਸ ਵਿੱਚ ਜਿੱਦਾਂ ਜਿੱਦਾਂ ਫ੍ਰੀਕੁਐਂਸੀ ਇਨਕਰੀਜ਼ ਕਰੂਗੀ ਐਕਸ ਸੀ ਦੀ ਵੈਲਿਊ ਕੀ ਕਰੀ ਜਾਊਗੀ ਡਿਕਰੀਜ਼। ਸੋ ਮਤਲਬ ਐਕਸ ਸੀ ਆ ਜਿਹੜਾ ਏ ਸੀ ਦੇ ਕੇਸ ਵਿੱਚ ਕੀ ਹੋ ਜਾਂਦਾ ਬਹੁਤ ਘੱਟ, ਮਤਲਬ ਜਿਹੜਾ ਰਜ਼ਿਸਟੈਂਸ ਪ੍ਰੋਵਾਈਡ ਕੀਤਾ ਜਾਂਦਾ ਬਾਏ ਦਾ ਕਪੈਸਿਟਰ ਇਨ ਏ ਸੀ ਉਹ ਘੱਟ ਹੁੰਦਾ ਵਾ। ਬਟ ਇਨ ਡੀ ਸੀ ਦੇ ਕੇਸ ਵਿੱਚ ਫ੍ਰੀਕੁਐਂਸੀ ਕੀ ਹੁੰਦੀ ਆ ਆਪਣੇ ਕੋਲ ਜ਼ੀਰੋ, ਫ੍ਰੀਕੁਐਂਸੀ ਜ਼ੀਰੋ ਤਾਂ ਆਪਣੇ ਕੋਲ ਐਕਸ ਸੀ ਦੀ ਵੈਲਿਊ ਕੀ ਹੋਗੀ 1/0 ਦੈਟ ਇਜ਼ ਇਨਫਿਨਿਟੀ, ਮਤਲਬ ਐਕਸ ਸੀ ਦੀ ਵੈਲਿਊ ਕੀ ਹੁੰਦੀ ਆ ਆਪਣੇ ਕੋਲ ਇਨਫਾਨਾਈਟ। ਤੋ ਮਤਲਬ ਜਿਹੜਾ ਕਪੈਸਿਟਰ ਆ ਉਹ ਡੀ ਸੀ ਨੂੰ ਇਨਫਾਨਾਈਟ ਰਜ਼ਿਸਟੈਂਸ ਪ੍ਰੋਵਾਈਡ ਕਰਦਾ। ਸੋ ਇਸ ਕਰਕੇ ਜਿਹੜਾ ਕਪੈਸਿਟਰ ਆ ਉਹ ਕੀ ਕਰਦਾ ਬਲੌਕ ਕਰੂਗਾ ਡੀ ਸੀ ਨੂੰ, ਬਲੌਕਸ ਡੀ ਸੀ ਬਟ ਅਲਾਓ ਕਰਦਾ ਏ ਸੀ, ਮਤਲਬ ਜਿਹੜਾ ਕਪੈਸਿਟਰ ਆ ਬਲੌਕ ਕਰਦਾ ਡੀ ਸੀ ਨੂੰ ਐਂਡ ਜਿਹੜਾ ਏ ਸੀ ਨੂੰ ਕੀ ਕਰੂਗਾ ਉਹ ਅਲਾਓ ਕਰੂਗਾ। ਸੋ ਇਹ ਸੀਗਾ ਕਿ ਕੰਪੈਰੀਜ਼ਨ ਚਾਰਟ ਬਿਟਵੀਨ ਏ ਸੀ ਸਰਕਿਟ ਆਫ ਆਰ ਐਲ ਐਂਡ ਸੀ। ਜੇ ਤੁਸੀਂ ਇਸ ਚਾਰਟ ਨੂੰ ਧਿਆਨ ਨਾਲ ਦੇਖੋ ਔਰ ਇਸ ਧਿਆਨ ਨਾਲ ਸਮਝ ਲਓ ਔਰ ਜੇ ਤੁਹਾਨੂੰ ਇਹ ਯਾਦ ਹੋ ਜਾਵੇ ਤਾਂ ਤੁਸੀਂ ਕਦੇ ਵੀ ਆਰ ਐਲ ਔਰ ਸੀ ਦੇ ਵਿੱਚ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ, ਹਮੇਸ਼ਾ ਤੁਹਾਨੂੰ ਧਿਆਨ ਰਹੂਗਾ ਕਿ ਇਹਦੇ ਵਿੱਚ ਜਿਹੜਾ ਰਜ਼ਿਸਟੈਂਸ ਇਨਫੇਸ ਵਿੱਚ ਹੁੰਦਾ ਮਤਲਬ ਕਿ ਕਰੰਟ ਔਰ ਈ ਐਮ ਐਫ ਔਰ ਕਿਹਦੇ ਵਿੱਚ ਜਿਹੜੇ ਲੈਗ ਕਰਦੇ ਆ, ਕਿਹਦੇ ਵਿੱਚ ਲੀਡ ਕਰਦੇ ਆ, ਕੌਣ ਫ੍ਰੀਕੁਐਂਸੀ 'ਤੇ ਡਿਪੈਂਡ ਕਰਦਾ ਕੌਣ ਨਹੀਂ ਕਰਦਾ। ਔਰ ਜਿਹੜਾ ਮੋਸਟ ਇੰਪੋਰਟੈਂਟ ਕੁਸ਼ਚਨ ਅੱਗੇ ਵੀ ਆਪਾਂ ਨੂੰ ਆਉਂਦਾ ਕਿ ਕਪੈਸਿਟਰ ਔਰ ਇੰਡਕਟਰ ਦੇ ਵਿੱਚੋਂ ਕੌਣ ਆ ਜਿਹੜਾ ਉਹ ਡੀ ਸੀ ਨੂੰ ਬਲੌਕ ਕਰਦਾ ਔਰ ਕੌਣ ਆ ਜਿਹੜਾ ਏ ਸੀ ਨੂੰ ਅਲਾਓ ਕਰਦਾ। ਸੋ ਇਹ ਸੀਗਾ ਆਪਣਾ ਅੱਜ ਦਾ ਟੋਪਿਕ, ਆਈ ਹੋਪ ਤੁਹਾਨੂੰ ਅੱਜ ਦਾ ਟੋਪਿਕ ਬਿਲਕੁਲ ਸਮਝ ਆ ਗਿਆ ਹੋਊਗਾ। ਜੇ ਫਿਰ ਵੀ ਕਿਸੇ ਵੀ ਆਰਟੀਕਲ ਦੇ ਵਿੱਚ ਜਾਂ ਨੂਮੈਰੀਕਲ ਦੇ ਵਿੱਚ ਕਿਤੇ ਵੀ ਕੋਈ ਵੀ ਕੁਐਰੀ ਹੈਗੀ ਹੈ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।